ਜਿਹੜੇ ਰਾਈਟਸ ਹੋਏ ਆ, ਹਿੰਸਾ ਹੋਈ ਆ, ਉਹਦੇ ਸੰਬੰਧ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਇੰਗਲੈਂਡ ਦੇ ਵਿੱਚ ਸਿੱਖ ਸੰਘਰਸ਼ ਲਈ ਕੰਮ ਕਰ ਰਿਹਾ ਇਸ ਵੇਲੇ ਸਿੱਖ ਪਾਰਲੀਮੈਂਟ ਦੇ ਵਿੱਚ ਜਨਰਲ ਸੈਕਟਰੀ ਦੇ ਅਹੁਦੇ 'ਤੇ ਉਹ ਸੇਵਾ ਕਰਦੇ ਆ। ਮੇਰੀ ਮੁਰਾਦ ਹੈ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ, ਉਹ ਸਾਡੇ ਨਾਲ ਲਾਈਨ 'ਤੇ ਹਾਜ਼ਰ ਆ, ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਗਰ ਤੁਸੀਂ ਵੀ ਕਾਲ ਕਰਨੀ ਹੋਵੇ ਤਾਂ ਜਿਹੜੇ ਨੰਬਰ ਦਿੱਤੇ ਹੋਏ ਆ, ਦੋ ਟੈਲੀਫੋਨ ਨੰਬਰ ਆ ਜਿਹੜੇ ਸਕਰੀਨ 'ਤੇ ਆ ਰਹੇ ਆ, ਤੁਸੀਂ ਉਹਨਾਂ 'ਤੇ ਕਾਲ ਕਰ ਸਕਦੇ ਆ। ਕੋਈ ਸਵਾਲ ਕਰਨਾ ਤੁਸੀਂ ਉਹ ਕਰ ਸਕਦੇ ਆ। ਅਸੀਂ ਦਿੱਲੀ ਦੇ ਵਿੱਚ ਜੋ ਹੋਇਆ ਉਹਦੇ 'ਤੇ ਅੱਜ ਜਿਹੜੀ ਸਿੱਧੀ ਗੱਲਬਾਤ ਆ ਭਾਈ ਮਨਪ੍ਰੀਤ ਸਿੰਘ ਜੀ ਉਹਨਾਂ ਨਾਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਣਵੀਰ ਸਿੰਘ ਜੀ ਧੰਨਵਾਦੀਆਂ, ਤੁਸੀਂ ਅੱਜ ਇਸ ਸ਼ੋਅ 'ਤੇ ਇਨਵਾਈਟ ਕੀਤਾ ਅਤੇ ਨਾਲ ਹੀ ਨਾਲ ਇਹ ਵੀ ਗੱਲ ਕਲੀਅਰ ਕਰ ਦਿੰਦੇ ਹਾਂ ਵੀ ਸਾਨੂੰ ਜੋ ਪਤਾ ਲੱਗਿਆ ਸੀ ਉਸ ਅਕੋਰਡਿੰਗ ਸ਼ਾਇਦ ਬੀਜੇਪੀ ਦਾ ਅਤੇ ਆਮ ਆਦਮੀ ਪਾਰਟੀ ਦਾ ਵੀ ਕੋਈ ਦਿੱਲੀ ਦਾ ਨੁਮਾਇੰਦਾ ਆਉਣਾ ਸੀਗਾ, ਪਰ ਹਾਂਜੀ ਪੋਸੀਬਲ ਨੀ ਹੋ ਸਕਣਾ ਗੱਡੀ ਤੋਂ, ਪਰ ਉਹਨਾਂ ਨੂੰ ਸ਼ਾਇਦ ਉਹ ਕਾਲ ਕਰ ਲੈਣ। ਪਰ ਜਿਹੜੇ ਆਮ ਆਦਮੀ ਪਾਰਟੀ ਦੇ ਆ ਨੁਮਾਇੰਦੇ ਸੀ ਉਹਨਾਂ ਨੇ ਕਿਹਾ ਵੀ ਮੈਨੂੰ ਜਿਹੜੀ ਉਧਰੋਂ ਜਿਹੜੀ ਹਾਈ ਕਮਾਂਡ ਆ ਉਧਰੋਂ ਸਾਡੇ ਪਰਮਿਸ਼ਨ ਨਹੀਂ ਮਿਲੀ। ਮੈਂ ਸਵੇਰ ਦਾ ਟਰਾਈ ਕਰਨ ਲੱਗਾ ਵੀ ਪਰਮਿਸ਼ਨ ਨਾ ਮਿਲਣ ਕਰਕੇ ਵੀ ਮੈਂ ਆਪਣੇ ਆਪ ਜਿੱਦਾਂ ਜਿਹੜਾ ਜੇ ਜਾਣਾ ਹੈ ਕੱਲ੍ਹ ਨੂੰ ਕੋਈ ਗੱਲ ਹੁੰਦੀ ਹੈ ਤਾਂ ਮੈਨੂੰ ਪਾਰਟੀ ਜਿੱਦਾਂ ਵੱਲੋਂ ਕੋਈ ਗੱਲਬਾਤ ਹੋ ਸਕਦੀ ਹੈ, ਇਸ ਕਰਕੇ ਉਹਨਾਂ ਨੇ ਜਿੱਦਾਂ ਨਾ ਕੀਤੀ ਆ ਉਹ ਵੀ ਸਾਨੂੰ ਜਿੱਦਾਂ ਹੁਣੇ ਪਤਾ ਲੱਗਾ। ਸੋ ਇਸ ਕਰਕੇ ਅਸੀਂ ਆਪਣੇ ਦਰਸ਼ਕਾਂ ਤੋਂ ਵੀ ਜਿੱਦਾਂ ਖਿਮਾ ਦੇ ਜਾ ਚੁੱਕਾ, ਅਸੀਂ ਇਹ ਸ਼ੋਅ ਜ਼ਰੂਰ ਕਰਾਂਗੇ ਫਿਰ ਵੀ ਜਦੋਂ ਮਤਲਬ ਉਹਨਾਂ ਨੇ ਟਾਈਮ ਦਿੱਤਾ, ਚਾਹੇ BSP ਵਾਲੇ ਆ, ਚਾਹੇ ਆਮ ਆਦਮੀ ਪਾਰਟੀ ਵਾਲੇ ਆ, ਚਾਹੇ BJP ਵਾਲੇ ਆ, ਜਾਂ ਹੋਰ ਵੀ ਕੋਈ ਕਾਂਗਰਸੀ ਆ, ਅਕਾਲੀ ਦਲ ਆ, ਕੋਈ ਵੀ ਬੰਦਾ ਜਿਹੜਾ ਆਉਣਾ ਚਾਹੁੰਦਾ ਉਹਨਾਂ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਅੱਜ ਅੱਜ ਆਪਾਂ ਤੁਹਾਡੇ ਨਾਲ ਹੀ ਗੱਲ ਕਰ ਰਹੇ ਹਾਂ ਅਤੇ ਕੋਸ਼ਿਸ਼ ਕਰਾਂਗੇ ਦਿੱਲੀ ਦੇ ਵਿੱਚ ਸਾਡੇ ਨਾਲ ਕੁਝ ਟਾਈਮ ਪਹਿਲਾਂ ਮੈਸੇਜ ਆਇਆ ਭਾਈ ਬਗੀਚਾ ਸਿੰਘ ਜੀ ਹੁਣਾਂ ਦਾ, ਜੇ ਉਹਨਾਂ ਨਾਲ ਕਾਲ ਲੱਗੀ ਕਿਉਂਕਿ ਕਈ ਵਾਰੀ ਇੰਟਰਨੈਟ ਦੀ ਵੀ ਪ੍ਰੋਬਲਮ ਆਉਂਦੀ ਆ। ਅਤੇ ਤੁਸੀਂ ਜਿਹੜਾ ਦਿੱਲੀ ਦੇ ਵਿੱਚ ਹਿੰਸਾ ਹੋਈ ਆ, ਤੁਸੀਂ ਇਹਨੂੰ ਦੰਗੇ ਮੰਨਦੇ ਹੋ ਜਾਂ ਕਦਰੇ ਹੋ? ਦੇਖੋ ਭਾਜੀ, ਜਿਹੜੀ ਦਿੱਲੀ ਦੇ ਵਿੱਚ ਹਿੰਸਾ ਹੋਈ ਆ, ਮੇਰੇ ਹਿਸਾਬ ਨਾਲ ਇਹਨੂੰ ਦੰਗੇ ਕਹਿਣਾ ਠੀਕ ਉਨਾ ਹੀ ਗਲਤ ਹੈ ਜਦੋਂ ਕਿ ਸਿੱਖਾਂ ਦੇ ਨਾਲ ਜਿਹੜਾ ਕਤਲੇਆਮ ਹੋਇਆ ਸੀ ਗਿਣੀ ਮਿੱਥੀ ਸਾਜਿਸ਼ ਦੇ ਤਹਿਤ, ਗੌਰਮੈਂਟ ਦੀ ਛਤਰ ਛਾਇਆ ਦੇ ਤਹਿਤ। ਉਸ ਵੇਲੇ ਕਾਂਗਰਸ ਸੀ, ਅੱਜ BJP ਹੈ, ਸਾਹਮਣੇ ਮਰਨ ਵਾਲੇ ਉਸ ਵੇਲੇ ਸਿੱਖ ਸਨ, ਅੱਜ ਮੁਸਲਮਾਨ ਨੇ। ਫਰਕ ਸਿਰਫ ਇੰਨਾ ਹੀ ਹੈ ਕਿ ਠੀਕ ਹੈ ਮੈਗਨੀਟਿਊਡ ਦਾ ਥੋੜਾ ਜਿਹਾ ਫਰਕ ਹੈ, ਪਰ ਇਹ ਜਿਹੜੀ ਹੈ ਇੱਕ ਇਨਸਾਈਟਿਡ ਵਾਇਲੈਂਸ ਹੈ ਗੌਰਮੈਂਟ ਦੁਆਰਾ ਕੀਤੀ ਗਈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ ਹੋਣੀ ਚਾਹੀਦੀ। ਮੈਂ ਥੋੜੇ ਜਿਹੇ ਤੱਥ ਆਪ ਜੀ ਦੇ ਸਾਹਮਣੇ ਰੱਖਣਾ ਚਾਹੁੰਦਾ ਤਾਂ ਸੰਤਾਂ ਨੂੰ ਸਮਰਾਈਜ਼ਡ ਜ਼ਰੂਰ 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 ਰੱਖੋ। ਹਾਂਜੀ ਭਾਈ, ਕਰੀਬਨ 43 ਬੰਦੇ ਹਾਲੇ ਤੱਕ ਮਰ ਚੁੱਕੇ ਨੇ, 43 ਬੰਦੇ, ਜੈ ਸ਼੍ਰੀ ਰਾਮ ਦੇ ਨਾਰੇ ਲਾਉਂਦੇ ਹੋਏ ਉਹਨੂੰ ਕੁੱਟਿਆ। ਦੂਸਰੀ ਗੱਲ, ਉਸ ਤੋਂ ਬਾਅਦ ਮੁਹੰਮਦ ਜ਼ੁਬੇਰ ਹੈ ਜਿਹੜਾ, ਉਹ 37 ਜਦੋਂ ਉਹ ਕਹਿੰਦਾ ਕਿ ਮੈਨੂੰ ਉਹਦੀ ਇਮੇਜ ਜਿਹੜੀ ਹੈ ਪੂਰੇ ਵਰਲਡ ਵਿੱਚ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ ਗੋਡੇ ਭਾਰੀ ਬੈਠਾ ਤੇ ਉਹਨੂੰ ਚਾਰੋਂ ਪਾਸੋਂ ਜਿਹੜਾ ਹਿੰਦੂ ਮੌਬ ਉਸ ਵੇਲੇ ਅਟੈਕ ਕਰ ਰਿਹਾ, ਬਲਕਿ ਮੈਂ ਕਹਾਂਗਾ ਹਿੰਦੁਸਤਾਨ ਦੀ ਗੌਰਮੈਂਟ ਦਾ ਮੌਬ ਜਿਹੜਾ ਅਟੈਕ ਕਰ ਰਿਹਾ। ਠੀਕ ਹੈ, ਹੁਣ ਕੇਵਲ ਇਹੀ ਨਹੀਂ, ਇਹੋ ਜਿਹੇ ਇੰਨੇ ਜ਼ਿਆਦਾ ਇੰਸੀਡੈਂਟਸ ਨੇ। ਜੇ ਕੱਲ ਚਾਂਦ ਬਾਗ ਦੀ ਗੱਲ ਕਰੀਏ ਅਸੀਂ, ਉੱਥੇ ਮੁਸਲਮਾਨ ਜਿਹੜੇ ਬਿਜ਼ਨਸਿਸ ਸਨ, ਕਿਵੇਂ ਉਹਨਾਂ ਨੂੰ ਜਿਹੜਾ ਸਪੈਸੀਫਿਕਲੀ ਟਾਰਗੇਟ ਕੀਤਾ ਗਿਆ, ਉਹਨਾਂ ਦੀਆਂ ਗੱਡੀਆਂ ਨੂੰ, ਉਹਨਾਂ ਦੇ ਮੋਟਰਸਾਈਕਲਾਂ ਨੂੰ, ਸਾਰਿਆਂ ਨੂੰ ਅੱਗ ਲਾਈ ਗਈ। ਕਿਸ ਤਰ੍ਹਾਂ ਉਹਦੀ ਜਿਹੜੀ 11 ਸਾਲ ਦੀ ਬੱਚੀ ਖੁਸ਼ੀ ਸੀਗੀ, ਕਿਸ ਤਰੀਕੇ ਨਾਲ ਉਹਨੇ ਪਲੀਡ ਕੀਤਾ ਉਸ ਕਰਾਊਡ ਨੂੰ ਕਿ ਮੇਰੇ ਪਿਓ ਨੂੰ ਜਿਹੜਾ ਤੁਸੀਂ ਨਾ ਮਾਰੋ, ਫਿਰ ਵੀ ਉਸ ਮੌਬ ਨੇ ਬਗੈਰ ਕੋਈ ਦਰਦ ਦਿਖਾਏ ਉਸ ਨੂੰ ਮਾਰਿਆ ਤੇ ਉਹਦੀ ਲਾਸ਼ ਜਿਹੜੀ ਉਸ ਤੋਂ ਬਾਅਦ ਗਟਰ ਦੇ ਵਿੱਚ ਸੁੱਟ ਦਿੱਤੀ ਗਈ। ਆਖਿਰ ਇਸ ਗੱਲ ਨੂੰ ਥੋੜਾ ਜਿਹਾ ਸਾਨੂੰ ਅੰਡਰਸਟੈਂਡ ਕਰਨਾ ਪੈਣਾ ਵੀ ਇਹ ਇਹਦੀਆਂ ਜਿਹੜੀਆਂ ਸਾਰੀਆਂ ਜੜਾਂ ਨੇ। ਇੱਕ ਤੋਂ ਹੋਰ ਅਕਾਊਂਟ ਇਹਦੇ ਦੇ ਦਿੰਦੇ ਹਾਂ ਕਿ ਜਿਹੜੀ ਇਹ ਸਾਰੀ ਵਾਇਲੈਂਸ ਹੈ ਇਹਦੀ ਜੜ ਕਿੱਥੋਂ ਸ਼ੁਰੂ ਹੋਈ ਹੈ, ਉਹਦੀ ਜੜ ਕੀ ਹੈ ਅਸੀਂ ਖੁਦ ਜਾਣਦੇ ਹਾਂ ਵੀ ਜਿਵੇਂ BJP ਜਿਹੜੀ ਕਿ ਰਾਸ਼ਟਰ ਸਵੈਮ ਸੇਵਕ ਸੰਘ ਦੀ ਜਿਹੜੀ ਇੱਕ ਵਿੰਗ ਹੈ, ਪੋਲੀਟੀਕਲ ਵਿੰਗ ਹੈ, ਔਰ RSS ਬਹੁਤ ਸਾਰੇ ਦੇਸ਼ਾਂ ਦੇ ਵਿੱਚ
ਹਿੰਦੂ ਨੈਸ਼ਨਲਿਸਟ ਪੈਰਾਮਿਲਟਰੀ ਆਰਗੇਨਾਈਜੇਸ਼ਨ ਦੇ ਨਾਂ ਤੋਂ ਮਸ਼ਹੂਰ ਹੈ ਤੇ ਕਿਤੇ ਕਿਤੇ ਉਹਨਾਂ ਨੂੰ ਮਿਲੀਟੈਂਟ ਸਟੇਟਸ ਵੀ ਜਿਹੜਾ ਉਹ ਦਿੱਤਾ ਗਿਆ, ਕਿਤੇ ਕਿਤੇ ਟੈਰਰਿਜ਼ਮ ਦਾ ਸਟੇਟਸ ਵੀ ਉਹਦੀਆਂ ਆਰਮਸ ਜਿਵੇਂ ਕਿ VHP ਤੇ ਬਜਰੰਗ ਦਲ ਅਮਰੀਕਾ ਨੇ ਪਿੱਛੇ ਆਪਣੀ CIA ਦੀ ਰਿਪੋਰਟ ਦੇ ਵਿੱਚ ਦੱਸਿਆ ਸੀ। ਠੀਕ ਹੈ, ਹੁਣ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ 14% ਮੁਸਲਿਮ ਮਿਨੋਰਟੀ ਹੈ ਇੰਡੀਆ ਦੇ ਵਿੱਚ, ਉਸ ਕਿਸ ਤਰੀਕੇ ਦੇ ਨਾਲ 80% ਹਿੰਦੂ ਮੈਜੋਰਟੀ ਦੇ ਦੁਆਰਾ ਇੱਕ ਤਰੀਕੇ ਦੇ ਨਾਲ ਇੱਕ ਪਲਾਨ ਸਹਿਤ ਉਹਨਾਂ ਤੇ ਅਟੈਕ ਕੀਤਾ ਜਾ ਰਿਹਾ, ਜਿਹਦੇ ਕੀ ਹਵਾਲੇ ਮੈਂ ਆਪ ਜੀ ਨੂੰ BJP ਦੀ ਲੀਡਰਾਂ ਦੀਆਂ ਸਟੇਟਮੈਂਟਾਂ ਤੋਂ ਥੋੜੀ ਦੇਰ ਬਾਅਦ ਆਪਾਂ ਦੇਵਾਂਗੇ। ਓਕੇ, ਪਰ ਆਪਾਂ ਜੇ ਅੱਗੇ ਵਧੀਏ ਕਿ ਜਿਹੜੇ ਅਕਾਊਂਟਸ ਨੇ ਉਹ ਕੀ ਕਹਿੰਦੇ ਨੇ ਕਿ ਆਖਿਰ ਇਹ ਸ਼ੁਰੂ ਕਿਧਰੋਂ ਹੋਇਆ। ਕਪਿਲ ਮਿਸ਼ਰਾ ਜੋ ਕਿ BJP ਦਾ ਇੱਕ MLA ਹੈ, ਇੱਕ ਲੋਕਲ ਲੀਡਰ ਹੈ, ਉਸ ਨੇ ਇਸ ਨੂੰ ਸ਼ੁਰੂ ਕੀਤਾ ਔਰ ਇਹ ਸ਼ੁਰੂ ਹੋਇਆ ਬਿਲਕੁਲ ਟਰੰਪ ਦੇ ਆਉਣ ਤੋਂ ਪਹਿਲਾਂ, ਜਿਸਨੇ ਕਿਹਾ ਕਿ ਜਿਹੜੇ CAA ਦੇ ਖਿਲਾਫ ਪ੍ਰੋਟੈਸਟ ਕਰ ਰਹੇ ਲੋਕ ਨੇ ਉਹ ਰੋਡਾਂ ਖਾਲੀ ਕਰ ਦੇਣ, ਨਹੀਂ ਤਾਂ ਜੇ ਅਸੀਂ ਰੋਡਾਂ ਤੇ ਉਤਰਾਂਗੇ ਤੇ ਫਿਰ ਉਹਦਾ ਅੰਜਾਮ ਇਹਨਾਂ ਨੂੰ ਭੁਗਤਣਾ ਪਏਗਾ। ਠੀਕ ਹੈ, ਸਿਰਫ ਇਹੀ ਨਹੀਂ, ਦੰਗਾਕਾਰੀਆਂ ਦੀ ਜਿਹੜੀ ਘਟੀਆ ਮਾਨਸਿਕਤਾ ਹੈ ਉਹ ਤੁਸੀਂ ਦੇਖ ਸਕਦੇ ਹੋ। ਇਹ ਦੰਗਾਕਾਰੀ ਕਹਾਂਗਾ ਜਾਂ ਮੈਂ ਇਹਨਾਂ ਨੂੰ ਦੰਗਾਕਾਰੀ ਕਹਿਣਾ ਪਸੰਦ ਨਹੀਂ ਕਰਾਂਗਾ, ਇਹ ਕਾਤਲ ਨੇ, ਇਹ ਇੱਕ ਇਨਸਾਈਟਿਡ ਵਾਇਲੈਂਸ ਹੈ, ਗਵਰਨਮੈਂਟ ਦੇ ਗੁੰਡੇ ਮੈਂ ਤੇ ਇਹਨਾਂ ਨੂੰ ਕਹਿ ਸਕਦਾ। ਇੱਕ ਮੁਸਕਾਨ ਕੁੜੀ ਜਿਹੜੀ ਕਿ 8 ਮਹੀਨੇ ਦੀ ਪ੍ਰੈਗਨੈਂਟ ਲੇਡੀ ਸੀ, ਮੁਸਲਮਾਨ ਲੇਡੀ ਸੀ, 20 ਸਾਲ ਦੀ ਉਮਰ ਸੀ, ਉਸਨੂੰ ਇਹਨਾਂ ਨੇ ਕੁੱਟਿਆ ਮਾਰਿਆ, ਉਸਦੇ ਢਿੱਡ ਤੇ ਲੱਤਾਂ ਮਾਰੀਆਂ। ਮੇਰੇ ਖਿਆਲ ਨਾਲ ਮੋਸਟ ਪ੍ਰੋਬਲੀ ਸ਼ਾਇਦ ਉਹਦਾ ਮਿਸ ਕੈਰੇਜ ਹੈ, ਅੱਜ ਉਹ ਕ੍ਰਿਟੀਕਲ ਕੰਡੀਸ਼ਨ 'ਚ ਹਸਪੀਟਲ ਦੇ ਵਿੱਚ ਦਾਖਲ। ਠੀਕ ਹੈ, ਇਹ ਮੈਂ ਨਹੀਂ ਕਹਿ ਰਿਹਾ, ਇਹ ਉੱਥੇ ਦੇ ਲੋਕ ਕਹਿ ਰਹੇ ਨੇ ਕਿ ਕਿਸ ਤਰ੍ਹਾਂ UP ਤੋਂ ਹਰਿਆਣੇ ਤੋਂ ਗੁੰਡਿਆਂ ਦੇ ਟਰੱਕ ਭਰ ਕੇ ਆਏ, ਜਿਸ ਤਰ੍ਹਾਂ ਸਿੱਖਾਂ ਵੇਲੇ 1984 'ਚ ਆਏ ਸਾਂ, ਹਾਂਜੀ, ਉਹਨਾਂ ਨੂੰ ਸਟਰੀਟਾਂ ਤੇ ਛੱਡਿਆ ਗਿਆ ਔਰ ਉੱਥੇ ਜਿਹੜਾ ਜਿਹੜੇ ਸਾਰੇ ਇਫੈਕਟਿਡ ਏਰੀਆਜ਼ ਨੇ ਉਹਦੇ ਵਿੱਚ ਉਹਨਾਂ ਨੇ ਮੌਬ ਲਿੰਚਿੰਗ ਕੀਤੀ, ਮਰਡਰ ਕੀਤੇ, ਲੂਟ ਕੀਤੀ, ਆਰਸਨ ਕੀਤੀ ਤੇ ਜਿਹੜਾ ਹੋਰ ਵੀ ਜਿਹੜੀਆਂ ਤਰ੍ਹਾਂ ਦੇ ਜਿਹੜੇ ਕ੍ਰਾਈਮ ਸੀਗੇ ਜਿੰਨੇ ਸੋਚੇ ਜਾ ਸਕਦੇ ਨੇ ਉਹ ਕੀਤੇ। ਔਰ ਇਹ ਇਹ ਜਿਹੜਾ ਸਾਰਾ ਕੁਛ ਹੁੰਦਾ ਹੈ ਉਹਦੇ ਵਿੱਚ ਸਿੱਖਾਂ ਦਾ ਰੋਲ ਅਸੀਂ ਸਾਰੇ ਜਾਣਦੇ ਹਾਂ, ਮਹਿੰਦਰ ਸਿੰਘ ਜੋ ਕਿ 53 ਈਅਰ ਓਲਡ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਤਕਰੀਬਨ 70 ਮੁਸਲਮਾਨਾਂ ਨੂੰ ਆਪਣੇ ਘਰ ਦੇ ਵਿੱਚ ਪਨਾਹ ਦੇ ਕੇ ਬਚਾਇਆ, ਕਿਸ ਤਰ੍ਹਾਂ ਮੁਸਲਮਾਨਾਂ ਦੇ ਬੱਚਿਆਂ ਨੂੰ ਉਹਨਾਂ ਨੇ ਪੱਗਾਂ ਬੰਨ ਬੰਨ ਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਬਚਾਈ। ਕਹਿਣ ਤੋਂ ਭਾਵ ਇਸ ਪੂਰੀ ਰਿਪੋਰਟ ਨੂੰ ਜੇ ਅਸੀਂ ਸਮਰਾਈਜ਼ ਕਰੀਏ ਤੇ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ, ਅੱਜ ਆਪ ਦੇ ਜਿਹੜੇ ਆਣਾ ਸੀ ਜਿਨ੍ਹਾਂ ਨੇ ਉਹ ਆਏ ਨਹੀਂ, ਮੇਰਾ ਉਹਨਾਂ ਨੂੰ ਇੱਕ ਸਵਾਲ ਹੈ। ਹਾਂਜੀ, ਮੈਂ ਸਵਾਲ ਜਿੱਦਾਂ ਤੁਸੀਂ ਥੋੜਾ ਜਿਹਾ ਹੋਰ ਜੇ ਡਿਟੇਲ ਦੇਣੀ ਦੇ ਦਿਓ, ਸਵਾਲ ਮੇਰੇ ਕੋਲ ਵੀ ਕਾਫੀ ਹੈ ਜਿਹੜੇ ਤੁਹਾਨੂੰ ਵੀ ਪੁੱਛਣੇ ਆ। ਹਾਂਜੀ ਹਾਂਜੀ, ਤੁਸੀਂ ਸ਼ੁਰੂ ਕਰੋ ਆਪਣੇ ਸਵਾਲ, ਤੁਸੀਂ ਰਘਵੀਰ ਸਿੰਘ ਜੀ ਸ਼ੁਰੂ ਕਰ ਸਕਦੇ ਹੋ। ਵੈਸੇ ਆਨੰਦ ਇਹ ਆਣਾ ਸੀ, ਮੈਂ ਸੰਗਤਾਂ ਨੂੰ ਵੀ ਇਹ ਜ਼ਰੂਰ ਕਹਾਂ ਵੀ ਦਾਸ ਦਾ ਜਿੱਥੇ ਆਉਣ ਦਾ ਮਨੋਰਥ ਹੀ ਸਿਰਫ ਇਹ ਸੀ ਵੀ ਸ਼ਾਇਦ ਕੋਈ BJP ਦਾ ਜਾਂ ਆਪ ਦਾ ਕੋਈ ਉਹਨਾਂ ਦਾ ਰਿਪ੍ਰੈਜੈਂਟੇਟਿਵ ਹੋਏਗਾ ਜਿਹਦੇ ਨਾਲ ਅਸੀਂ ਖੁੱਲ ਕੇ ਗੱਲ ਕਰ ਸਕਾਂਗੇ, ਕਿਉਂਕਿ ਬਾਕੀ ਚੈਨਲਾਂ ਤੇ ਤਾਂ ਉਹ ਆਉਂਦਾ ਹੀ ਨਹੀਂ। ਸੋ ਭਾਈ ਸਾਹਿਬ, ਤੁਸੀਂ ਕਈ ਵਾਰੀ ਕਈਆਂ ਨੂੰ ਲੈ ਕੇ ਆਉਂਦਾ ਆਪਣੇ ਇਸ ਜਿਹੜਾ ਵੈਬ ਚੈਨਲ ਤੇ, ਤੇ ਆਉਣ ਵਾਲੇ ਸਮੇਂ ਤੁਸੀਂ ਜ਼ਰੂਰ ਕਿਸੇ ਵੇਲੇ ਇਹਨਾਂ ਨੂੰ ਲੈ ਕੇ ਆਓ। ਅਸੀਂ ਮਨਪ੍ਰੀਤ ਸਿੰਘ ਜੀ, ਅਸੀਂ ਆਪਣਾ ਮਨ ਬਣਾਇਆ ਹੋਇਆ, ਅਸੀਂ ਐਵਰੀ ਵੀਕ ਇੱਕ ਡਿਬੇਟ ਦਾ ਸ਼ੋਅ ਰੱਖਿਆ ਕਰਾਂਗੇ ਜੀ, ਇਹਦੇ 'ਚ ਕੋਸ਼ਿਸ਼ ਕਰਿਆ ਕਰਾਂਗੇ ਸਾਰੀਆਂ ਪਾਰਟੀਆਂ, ਜਿੱਦਾਂ ਪੰਜਾਬ ਦੇ ਵਿੱਚ ਡਿਬੇਟ ਹੁੰਦੀ ਹੈ, ਸਾਰੇ ਆਗੂ ਬੈਠੇ ਹੁੰਦੇ ਸਾਰੀਆਂ ਪਾਰਟੀਆਂ ਦੇ, ਉਹੋ ਜਿਹਾ ਪ੍ਰੋਗਰਾਮ ਦਿਆ ਕਰਾਂਗੇ, ਭਾਵੇਂ ਪੰਜਾਬ 'ਚੋਂ ਨਾ ਸਾਨੂੰ ਉਹਨਾਂ ਨੂੰ ਕਾਲ 'ਤੇ ਲੈਣਾ ਪਵੇ, ਅਤੇ ਕੋਸ਼ਿਸ਼ ਕਰਾਂਗੇ, ਕਿਉਂਕਿ ਵੀਕਐਂਡ 'ਤੇ ਆਪਣੇ ਆਪਾਂ ਵੀ ਇੱਥੇ ਬਾਹਰ ਥੋੜ੍ਹੇ ਫ੍ਰੀ ਹੁੰਦੇ ਹਾਂ, ਥੋੜ੍ਹਾ ਅਰਲੀ ਰੱਖ ਲਿਆ ਕਰਾਂਗੇ, ਜਿਹੜਾ ਇੰਡੀਆ ਦਾ ਟਾਈਮ ਵੀ ਸਹੀ ਹੋਵੇ, ਅਤੇ ਕੋਸ਼ਿਸ਼ ਕਰਾਂਗੇ ਜੇ ਇੱਥੋਂ ਨਹੀਂ ਲੀਡਰ ਆਉਂਦੇ ਤਾਂ ਉੱਥੋਂ ਲੈ ਲਾਂਗੇ, ਅਤੇ ਤਾਂ ਕਿ ਜਿਹੜੀ ਸਾਡੀ ਗੱਲਬਾਤ ਆ ਅਸੀਂ ਆਪਣਾ ਜਿਹੜਾ ਪੱਖ ਆ ਉਹ ਸਹੀ ਰੱਖ ਸਕੀਏ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਦੋਸ਼ੀ ਕਿਹਨੂੰ ਮੰਨਦੇ ਆ, BJP ਜਿਹੜੀ ਸੈਂਟਰ ਦੇ ਵਿੱਚ ਆ ਅਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਕੇਜਰੀਵਾਲ ਆ, ਕੌਣ ਆ ਦੋਸ਼ੀ? ਦੇਖੋ, ਇੱਕ ਗੱਲ ਦੀ ਕੰਪਲੈਕਸਿਟੀ ਇੱਥੇ ਹੈਗੀ ਹੈ, ਜਿਹੜੀ ਸਾਫ਼ ਗੱਲ ਹੈ ਕਿ ਜਿਹੜੀ ਇੰਡੀਆ ਜਿਹੜੀ ਦਿੱਲੀ ਹੈ ਉਹ ਇੱਕ ਯੂਨੀਅਨ ਟੈਰੀਟਰੀ ਹੈ, ਤੇ ਯੂਨੀਅਨ ਟੈਰੀਟਰੀ ਦੇ ਲਾਅ ਦੇ ਅਧੀਨ ਜਿਹੜੀ ਦਿੱਲੀ ਪੁਲਿਸ ਹੈ ਉਹ ਇੰਡੀਆ ਦੇ ਜਿਹੜਾ ਯੂਨੀਅਨ ਮਿਨਿਸਟਰ ਹੈ, ਹੋਮ ਮਿਨਿਸਟਰ ਹੈ, ਅਮਿਤ ਸ਼ਾਹ ਦੇ ਅਧੀਨ ਹੈ ਉਹ ਪੁਲਿਸ। ਉਹ ਪੁਲਿਸ ਜਿਹੜੀ ਹੈ ਉਹ ਠੀਕ ਹੈ, ਪੁਲਿਸ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਕੰਟਰੋਲ ਨਹੀਂ, ਪਰ ਇੱਕ ਗੱਲ ਜ਼ਰੂਰ ਹੈ ਕਿ ਅੱਧਾ ਸੱਚ ਬੋਲਣਾ ਵੀ ਝੂਠ ਬੋਲਣ ਤੇ ਬਰਾਬਰ ਹੁੰਦਾ ਹੈ। ਕੇਜਰੀਵਾਲ ਜੀ ਦੀ ਅਸੀਂ ਸਪੀਚ ਸੁਣੀ, ਠੀਕ ਹੈ ਕਿ ਬਹੁਤ ਜਿਹੜੀ ਕੀ ਗੱਲ ਹੈ ਕਿ ਕਈ ਚੀਜ਼ਾਂ ਦੀ ਜਿਹਨਾਂ ਦੀ ਸਰਾਹਨਾ ਕਰਨ ਦੀ ਲੋੜ ਹੈ, ਕਿਉਂਕਿ ਜਿਹੜਾ ਗਰੀਬ ਹੈ ਭਾਵੇਂ ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਕੋਈ ਵੀ ਹੋਵੇ, ਗਰੀਬਾਂ ਲਈ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਕਾਫੀ ਕੁਛ ਕੀਤਾ ਹੈ, ਮੁਹੱਲਾ ਕਲੀਨਿਕ ਖੁਲਾ ਦਿੱਤੇ ਜਾਂ ਹੋਰ ਚੀਜ਼ਾਂ ਕੀਤੀਆਂ, ਪਰ ਜਿਹੜੀ ਲੇਟੈਸਟ ਜਿਹੜੀ ਉਹਨਾਂ ਦੀ ਸਪੀਚ ਆਈ ਹੈ ਕੇਜਰੀਵਾਲ ਦੀ ਆਪਣੀ ਦਿੱਲੀ ਦੀ ਉਹਦੇ ਤੋਂ ਹਾਊਸ ਤੋਂ, ਉਸ ਤੋਂ ਮੈਂ ਇੱਕ ਗੱਲ ਤੋਂ ਬੜਾ ਹੈਰਾਨ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਵਾਈਟ ਵਾਸ਼ ਕੀਤਾ ਗਿਆ। ਚਾਰ ਹਿੰਦੂਆਂ ਦੇ ਨਾਂ ਲੈ ਦਿੱਤੇ, ਚਾਰ ਮੁਸਲਮਾਨਾਂ ਦੇ ਨਾਂ ਲੈ ਦਿੱਤੇ, ਔਰ ਸਿਰਫ ਇਹ ਕਿਹਾ ਗਿਆ ਵੀ ਇਹ ਹਿੰਦੂ ਤੇ ਮੁਸਲਮਾਨ ਇੱਕ ਦੂਸਰੇ ਨੂੰ ਮਾਰ ਰਹੇ ਨੇ। ਮੈਂ
एक सवाल है समादेव तो पूछना चाहना, केड़ा आम हिंदू है जेड़ा हाँ अपने घरों निकल के किसी मुसलमान नु मारन जाएगा, जा केड़ा आम मुसलमान है जेड़ा अपने घर की रोजी रोटी छड़ के किसी हिंदू नु मारन जाएगा। ये इंडियन मीडिया दिया गलत परसेप्शंस ने, और सॉरी टू से आम आदमी पार्टी ते केजरीवाल इस विच इक्वली दोषी ने, वो ठीक इस है, नु गेड़ा रूप दे रहे ने, जबकि साफ साफ एक गवर्नमेंट इंसाइटेड वायलेंस है अगेंस्ट द माइनॉरिटी ऑफ इंडिया जिहड़ी कि मुसलमान माइनॉरिटी है उन्हां दे अगेंस्ट। हाँ जी क्लीयरली ये दोषी जेडे ने वो बीजेपी संघ VHP बजरंग दल ए जड़िया सारिया RSS दिया आर्म्स ने, ये हाँ क्लीयरली दोषी ने। पर ये भी गल इत्थे कहनी पएगी कि आम आदमी पार्टी अपना राज धर्म इत्थे नहीं निभा रही, जेड़ा ठीक है सच उन्हां नूं बोलना चाहीदा उस तों गुरेज कर रहे ने। मैं कोई स्टेटमेंट नहीं देखी जिस हाँ विच किसी नूं जिम्मेवार ठहराया गया होवे, मैं कोई स्टेटमेंट नहीं देखी जिस विच कोई इस अफजाने विच कि 43 बंदे जेड़े ने मर गए ने ਉਹਨਾਂ ਦੇ ਕਤਲਾਂ ਦੇ ਦੋਸ਼ ਦੀ ਜ਼ਿੰਮੇਵਾਰੀ ਲੈਂਦਾ ਹੋਇਆ ਕੋਈ ਤਾਂ ਬੰਦਾ ਰਿਜ਼ਾਈਨ ਕਰਦਾ। ਆਖਿਰ ਇਹਨੂੰ ਇੰਨੀ ਆਮ ਤੇ ਇੰਨੀ ਨਾਰਮਲ ਗੱਲ ਕਿਉਂ ਬਣਾ ਦਿੱਤਾ ਗਿਆ ਕਿ ਜਿਵੇਂ ਮੁਸਲਮਾਨ ਜਿਸ ਤਰ੍ਹਾਂ ਸਿੱਖ 1984 ਵਿੱਚ ਇੱਕ ਸੈਕਿੰਡ ਕਲਾਸ ਸਿਟੀਜ਼ਨ ਸਨ ਇੰਡੀਆ ਦੇ ਵਿੱਚ, ਹਾਂ ਅੱਜ ਜੀ ਵੀ ਨੇ, ਤੇ ਅੱਜ ਪਰ ਮੁਸਲਮਾਨ ਪ੍ਰਤੱਖ ਤੌਰ ਤੇ ਇੱਕ ਸੈਕਿੰਡ ਕਲਾਸ ਸਿਟੀਜ਼ਨ ਬਣ ਚੁੱਕੇ ਨੇ। ਜੇ ਤੁਸੀਂ ਇਹਦਾ ਥੋੜਾ ਜਿਹਾ ਮੈਨੂੰ ਸਮਾਂ ਦਿਓ, ਮੈਨੂੰ 2 ਮਿੰਟ ਦਾ ਸਮਾਂ ਦਿਓ, ਹਾਂ ਕੋਈ ਨਹੀਂ, ਕਰੋ ਕਰੋ ਮੈਂ ਇਹਦੇ ਤੇ ਕਮੈਂਟ ਕਰ ਦਿੰਦਾ ਜਰੂਰ। ਕਿ ਦਿੱਲੀ ਜਿਹੜਾ ਇਹ ਜੋ ਵੀ ਕੁਝ ਹੋਇਆ ਉਹਦੇ ਹਾਂਜੀ ਵਿੱਚ ਠੀਕ ਹੈ, ਇਹ ਹਿੰਦੂ ਮੌਬ ਜੈ ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਨੇ, ਹਿੰਦੂਆਂ ਦਾ ਹਿੰਦੁਸਤਾਨ ਇਹ ਨਾਰੇ ਲੱਗ ਰਹੇ ਨੇ, ਠੀਕ ਪਰ ਹੈ ਆਖਿਰ ਇਹ ਨਾਰੇ ਕੌਣ ਫੀਲ ਕਰ ਰਿਹਾ? ਇਹਦੇ ਲਈ ਤੁਹਾਨੂੰ ਥੋੜਾ ਜਿਹਾ ਡੀਟੇਲ 'ਚ ਜਾਣਾ ਪਏਗਾ। ਹਾਂਜੀ ਪੁਲਿਸ ਦੀ ਯੂਨੀਫਾਰਮ ਦੇ ਵਿੱਚ, ਆਰਮੀ ਦੀ ਯੂਨੀਫਾਰਮ ਦੇ ਵਿੱਚ ਉੱਥੇ ਕਿਹੜੇ ਮੌਬਸ ਘੁੰਮ ਰਹੇ ਨੇ, ਪੁਲਿਸ ਕਿਸ ਤਰੀਕੇ ਨਾਲ। ਮੈਂ ਇੱਕ ਇੱਥੇ ਸ਼ਾਹੀ ਇਮਾਮ ਹੈ ਜਿਹੜਾ ਇੱਕ ਮਸਜਿਦ ਦਾ, ਹਾਂ ਹਾਂ ਮੈਂ ਇੱਥੇ ਉਹਦੀ ਸਟੇਟਮੈਂਟ ਨੂੰ ਕੋਟ ਕਰਾਂਗਾ, ਉਸਨੇ ਇੱਕ ਗੱਲ ਇਹ ਸਾਫ਼ ਕਹੀ ਹੈ, ਮੈਂ ਆਪ ਜੀ ਨੂੰ ਦੱਸ ਦਿੰਦਾ ਕਿ ਇਹਨਾਂ ਦਾ ਨਾਂ ਹੈ ਜੀ ਜਿਹੜੇ ਇਹ ਹੈਗੇ ਨੇ ਜਿਨ੍ਹਾਂ ਦੇ ਉੱਪਰ ਤੇਜ਼ਾਬ ਪਾ ਦਿੱਤਾ ਸੀ ਉਹ ਜਾਂ ਦੂਸਰੇ। ਨਹੀਂ ਜੀ, ਇਹਨਾਂ ਦਾ ਨਾਂ ਹੈ ਜੀ ਮੁਫਤੀ ਮੁਹੰਮਦ ਤਾਹਿਰ। ਇਹ ਇਮਾਮ ਨੇ ਫਰੂਕੀਆ ਮੌਸਕ ਦੇ ਮੁਸਤਫਾਬਾਦ ਦੇ, ਠੀਕ ਇਹਨਾਂ ਹੈ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਮਸਜਿਦ ਦੇ ਸਭ ਤੋਂ ਉੱਪਰ ਦੇ ਕਮਰੇ 'ਚ ਲੌਕ ਕਰ ਲਿਆ, ਹਾਂ ਤੇ ਮੈਂ ਉੱਥੇ ਛੁਪਿਆ ਹੋਇਆ ਸੀ ਕਿਉਂਕਿ ਜਿਹੜਾ ਮੌਬ ਹੈ ਉਹ ਬਾਹਰ ਫਿਰ ਰਿਹਾ ਸੀ ਤੇ ਠੀਕ ਉਹਨੇ ਹੈ ਮਸਜਿਦ ਤੇ ਹਮਲਾ ਕਰ ਰਿਹਾ ਸੀ। ਕਹਿੰਦੇ ਦਿੱਲੀ ਪੁਲਿਸ ਆਈ, ਹਾਂ ਉਹਨਾਂ ਨੇ ਮੈਨੂੰ ਉੱਤੋਂ ਕੱਢਿਆ ਤੇ ਮੈਨੂੰ ਮੌਬ ਦੇ ਹਵਾਲੇ ਕਰ ਦਿੱਤਾ ਜਿਨ੍ਹਾਂ ਨੇ ਮੈਨੂੰ ਕੁੱਟਿਆ, ਤੇ ਅੱਜ ਉਹ ਕ੍ਰਿਟੀਕਲ ਕੰਡੀਸ਼ਨ 'ਚ ਨੇ। ਸੋ ਠੀਕ ਹੈ, ਇਹ ਜਿਹੜੀਆਂ ਗੱਲਾਂ ਨੇ ਕਿ ਇਹ ਇੱਕ ਕਲੀਅਰ ਪੈਟਰਨ ਹੈ ਕਿ 1984 'ਚ ਜੋ ਪੁਲਿਸ ਨੇ ਰੋਲ ਨਿਭਾਇਆ, ਮੌਬਸ ਹਾਂ ਮਿਲ ਕੇ ਸਿੱਖਾਂ ਦੇ ਘਰਾਂ ਦੀ ਆਇਡੈਂਟੀਫਿਕੇਸ਼ਨ ਕਰਾਈ, ਸਿੱਖਾਂ ਨੂੰ ਵਿਕਟਿਮਾਈਜ਼ ਕਰਨ 'ਚ ਹੈਲਪ ਕੀਤੀ, ਅੱਜ ਉਹੀ ਸੇਮ ਚੀਜ਼ ਮੁਸਲਮਾਨਾਂ ਦੇ ਨਾਲ ਹੋ ਰਹੀ ਹੈ, ਹੈਰਤ ਅੰਗੇਜ਼ ਹੈ। ਪਰ ਇਹਦੇ ਬੈਕਗ੍ਰਾਉਂਡ 'ਚ ਜਾਈਏ, ਅੱਜ ਹਿੰਦੁਸਤਾਨ ਦੀ ਸੱਤਾ ਤੇ ਕੌਣ ਕਾਬਜ਼ ਹੈ? ਮੋਦੀ ਠੀਕ ਕਾਬਜ਼ ਹੈ, ਔਰ ਠੀਕ ਇਹ ਹੈ, ਉਹ ਮੋਦੀ ਹੈ ਜਿਹੜਾ 2002 ਵਿੱਚ ਕਰੀਬਨ ਕਰੀਬਨ 1000 ਮੁਸਲਮਾਨਾਂ ਦੇ ਕਤਲ ਲਈ ਜ਼ਿੰਮੇਵਾਰ ਹੈ, ਠੀਕ ਹੈ, ਗੋਦਰਾ ਕਾਂਡ ਲਈ ਜ਼ਿੰਮੇਵਾਰ ਹੈ, ਗੋਦਰਾ ਕਾਂਡ ਤੋਂ ਬਾਅਦ ਜੋ ਕੁਝ ਹੁੰਦਾ ਹੈ ਉੱਥੇ ਅਹਿਮਦਾਬਾਦ ਦੇ ਵਿੱਚ ਉਹਦੇ ਲਈ ਜ਼ਿੰਮੇਵਾਰ ਹੈ। ਔਰ ਇਹ ਗੱਲ ਕੱਲੀ ਮੈਂ ਨਹੀਂ ਕਹਿ ਰਿਹਾ, ਉਸ ਵੇਲੇ ਦਾ ਪ੍ਰਾਈਮ ਮਿਨਿਸਟਰ ਅਟਲ ਬਿਹਾਰੀ ਵਾਜਪੇਈ ਨੇ ਆਪਣੀ ਮਨਾਲੀ 'ਚ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਕਿਹਾ ਕਿ ਅਸੀਂ ਜੇ 2004 ਦੀ ਇਲੈਕਸ਼ਨ ਹਾਰੇ ਹਾਂ ਤੇ ਮੋਦੀ ਕਰਕੇ ਹਾਰੇ ਆ, ਮੈਂ ਮੋਦੀ ਨੂੰ ਸਸਪੈਂਡ ਕਰਨਾ ਚਾਹੁੰਦਾ ਸੀ ਪਰ ਸੰਘ ਨੇ ਉਹਨੂੰ ਪ੍ਰੋਟੈਕਟ ਕੀਤਾ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਗੱਲ ਅਟਲ ਬਿਹਾਰੀ ਵਾਜਪੇਈ ਕਹਿ ਰਿਹਾ। VHP ਤੇ ਬਜਰੰਗ ਦਲ ਦੇ ਲੋਕਾਂ ਨੇ ਇਹ ਦੰਗਾ ਖੁੱਲੇਆਮ ਉੱਥੇ ਕੀਤਾ ਔਰ ਮੁਸਲਮਾਨਾਂ ਨੂੰ ਮਾਰਿਆ, ਔਰ ਇਹਦੀ ਜ਼ਿੰਮੇਵਾਰੀ ਵੀ ਬੋਸਟ ਕਰਕੇ ਟੀਵੀਆਂ ਤੇ ਉਸ ਵੇਲੇ ਲਿੱਤੀ। ਸੈਕਿੰਡ ਗੱਲ, ਆਦਿਤਿਆ ਨਾਥ ਯੋਗੀ ਜਿਹੜਾ ਕਿ ਇਸ ਵੇਲੇ UP ਦਾ ਮਿਨਿਸਟਰ ਹੈ, ਜਿੱਧਰੋਂ ਕਿ ਮੌਬ ਮਿਨਿਸਟਰ ਆਇਆ ਨੇ, ਮੁੱਖ ਮੰਤਰੀ ਹੈ ਉੱਥੇ ਦਾ ਜੀ ਯੂਪੀ ਦਾ, ਮੁੱਖ ਮੰਤਰੀ ਹੈ, ਸੌਰੀ, ਹਾਂਜੀ ਆਦਿਤਿਆ ਨਾਥ ਯੋਗੀ ਜਿਹੜਾ CM ਹੈ ਉੱਤਰ ਪ੍ਰਦੇਸ਼ ਦਾ, ਹਾਂ ਉਹਦੇ ਬਿਆਨ ਤੁਸੀਂ YouTube ਤੇ ਦੇਖ ਸਕਦੇ ਹੋ, ਕਹਿੰਦਾ ਮੁਸਲਮਾਨਾਂ ਦੀਆਂ ਬੀਬੀਆਂ ਨੂੰ ਕਬਰਾਂ ਚੋਂ ਕੱਢ ਕੇ ਰੇਪ ਕਰੋ, ਇਹ ਉਸਦੇ ਬਿਆਨ ਨੇ। ਗਿਰੀਰਾਜ ਸਿੰਘ ਜਿਹੜਾ ਕਿ ਇੱਕ ਗਵਰਨਮੈਂਟ ਮਿਨਿਸਟਰ ਹੈ, ਉਹ ਕਹਿੰਦਾ ਜਿੰਨੇ ਵੀ ਮੁਸਲਮਾਨ ਨੇ ਉਹਨਾਂ ਨੂੰ ਪਾਕਿਸਤਾਨ ਜਾਂ ਬੰਗਲਾਦੇਸ਼ ਚਲੇ ਜਾਣਾ ਚਾਹੀਦਾ ਹੈ। ਠੀਕ ਹੈ, ਇੰਨਾ ਹੀ ਨਹੀਂ, ਮੈਂ ਤੁਹਾਨੂੰ ਇਹ ਸਟੇਟਮੈਂਟਾਂ ਤੁਸੀਂ ਮੇਰੇ ਇੱਥੇ ਪੇਜਸ ਤੇ ਦੇਖ ਸਕਦੇ ਹੋ, ਮੇਰੇ 6 ਪੇਜ ਭਰੇ ਹੋਏ ਨੇ ਇਹਨਾਂ ਮੁਸਲਮਾਨਾਂ ਦੇ ਖਿਲਾਫ ਹੇਟ ਸਪੀਚਸ। ਠੀਕ ਹੈ, ਟੀ ਰਾਜਾ ਸਿੰਘ ਬੀਜੇਪੀ MLA, ਉਹ ਕਹਿੰਦਾ ਕਿ ਇਹਨਾਂ ਗੋਲ ਟੋਪੀ ਵਾਲੇ ਜਿਹੜੇ ਨੇ ਸਾਰੇ ਪਾਪੀ ਨੇ ਤੇ ਜਿਹੜੇ ਹਿੰਦੂ ਨੇ ਇਹ ਸਾਰਿਆਂ ਨੂੰ AK-47 ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਇਹਨਾਂ ਦੇ ਖਿਲਾਫ, ਤਾਂ ਕਿ ਦੇਸ਼ ਦੀ ਅਖੰਡਤਾ ਬਰਕਰਾਰ ਰਹਿ ਸਕੇ। ਵਿਨੇ ਕਟਿਆਰ ਬੀਜੇਪੀ ਦਾ MP ਹੈ, ਫਾਊਂਡਰ ਆਫ ਬਜਰੰਗ ਦਲ ਹੈ, ਹਾਂਜੀ ਹਾਂਜੀ, ਮੁਸਲਿਮ ਜਿਹੜੇ ਨੇ ਇਹਨਾਂ ਨੂੰ ਇੰਡੀਆ 'ਚ ਰਹਿਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਜਾਂ ਇਹਨਾਂ ਨੂੰ ਪਾਕਿਸਤਾਨ ਚਲ ਜਾਣਾ ਚਾਹੀਦਾ ਜਾਂ ਬੰਗਲਾਦੇਸ਼। ਸੁਬਰਮਨਿਅਮ ਸਵਾਮੀ, ਉਹ ਕਹਿੰਦਾ ਜੇ ਕੋਈ ਵੀ ਮੁਸਲਮਾਨ ਇਹ ਚੀਜ਼ ਐਕਸੈਪਟ ਨਹੀਂ ਕਰਦਾ ਕਿ ਉਹਦੇ ਪੂਰਵਜ ਹਿੰਦੂ ਸਨ ਤੇ ਉਹ ਦੇਸ਼ ਦਰੋਹੀ ਹੈ, ਉਹਨੂੰ ਦੇਸ਼ 'ਚ ਰਹਿਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਠੀਕ, ਪ੍ਰਵੇਸ਼ ਵਰਮਾ BJP MP, ਉਹ ਕਹਿੰਦਾ ਕਿਉਂ ਹਰ ਟੈਰਰਿਸਟ
ਇੱਕ ਮੁਸਲਮਾਨ ਹੀ ਹੁੰਦਾ ਇਹ ਉਹਦਾ ਬਿਆਨ ਹੈ। ਰਣਜੀਤ ਕੁਮਾਰ ਸ਼੍ਰੀਵਾਸਤਵ ਜਿਹੜਾ ਕਿ ਬੀਜੇਪੀ ਦਾ ਲੀਡਰ ਹੈ ਯੂਪੀ ਤੋਂ, ਉਹ ਕਹਿੰਦਾ ਜੇ ਤੁਸੀਂ ਮੁਸਲਿਮ ਹੋ ਤੇ ਤੁਹਾਡੀ ਭਲਾਈ ਇਸੇ ਚ ਹੀ ਹੈ ਕਿ ਤੁਸੀਂ ਬੀਜੇਪੀ ਲਈ ਵੋਟ ਕਰੋ, ਨਹੀਂ ਤਾਂ ਉਹਦੇ ਕੰਸੀਕੁਐਂਸ ਜਿਹੜੇ ਨੇ ਸਹਿਣ ਵਾਸਤੇ ਉਹ ਤਿਆਰ ਰਹੇ ਹੋ। ਸੁਰਿੰਦਰ ਸਿੰਘ ਭਲੀਆ MLA ਬੀਜੇਪੀ, ਉਹ ਕਹਿੰਦਾ ਮੁਸਲਿਮ ਜਿਹੜੇ ਨੇ ਇਹ ਐਨੀਮਲਸ ਦੀ ਤਰ੍ਹਾਂ ਨੇ, ਕਿਉਂਕਿ ਇਹ ਮਲਟੀਪਲ ਵਿਆਹ ਕਰਦੇ ਨੇ ਤੇ ਔਰ ਮਲਟੀਪਲ ਬੱਚਿਆਂ ਨੂੰ ਇਹ ਜਨਮ ਦਿੰਦੇ ਨੇ। ਯੋਗੀ ਆਦਿੱਤਿਆਨਾਥ ਜਿਹੜਾ ਸੀਐਮ ਦੇ ਬਾਰੇ ਮੈਂ ਪਹਿਲਾਂ ਗੱਲ ਕੀਤੀ, ਉਹ ਕਹਿੰਦਾ ਮੁਸਲਮਾਨ ਤੇ ਹਿੰਦੂ ਕਲਚਰ ਕਦੀ ਵੀ ਕੋ ਐਗਜ਼ਿਸਟ ਨਹੀਂ ਕਰ ਸਕਦੇ, ਇਹ ਕਲੈਸ਼ ਹੋਏਗਾ ਹੀ ਹੋਏਗਾ। ਸਾਕਸ਼ੀ ਮਹਾਰਾਜ ਬੀਜੇਪੀ MP, ਉਹ ਸਾਫ਼ ਕਹਿੰਦਾ ਕਿ ਅਸੀਂ ਕੋਈ ਵੀ ਜਿਹੜਾ ਸਾਡੀ ਗਊ ਮਾਤਾ ਨੂੰ ਕੱਟੇਗਾ ਉਸਨੂੰ ਮਾਰਨ ਚ ਅਸੀਂ ਸੰਕੋਚ ਨਹੀਂ ਕਰਾਂਗੇ। ਵਰੁਣ ਗਾਂਧੀ ਕਹਿੰਦਾ ਕਹਿੰਦਾ ਇਹ ਕਾਂਗਰਸ ਦਾ ਹੱਥ ਨਹੀਂ ਹੈ, ਪੰਜੇ ਦਾ ਹੱਥ ਨਹੀਂ ਹੈ, ਕਮਲ ਦਾ ਹੱਥ ਹੈ ਜਿਹਦਾ ਜਿਹਦੀ ਜਿਹੜਾ ਸਿੱਧਾ ਮੁਸਲਮਾਨ ਦੀ ਗਰਦਨ ਤੱਕ ਪਹੁੰਚੇਗਾ। ਸਾਂਬਿਤ ਪਾਤਰਾ ਉਹਨੇ ਸਾਫ ਕਿਹਾ ਕਿ ਮੈਂ ਤੁਸੀਂ ਆਪਣੀ ਔਕਾਤ ਵਿੱਚ ਰਹੋ, ਨਹੀਂ ਤੇ ਮੈਂ ਕਿਸੇ ਦਿਨ ਵੀ ਕਿਸੇ ਮਸਜਿਦ ਦਾ ਨਾਂ ਕਿਸੇ ਵਿਸ਼ਨੂੰ ਦੇ ਨਾਂ ਤੇ ਉਹਦਾ ਮਸਜਿਦ ਦਾ ਨਾਂ ਰੱਖ ਦਿਆਂਗਾ। ਇਹ ਬੀਜੇਪੀ ਦਾ ਸਪੋਕਸਮੈਨ ਹੈ ਸੋਮ, ਬੀਜੇਪੀ MLA ਕਹਿੰਦਾ ਤਾਜ ਮਹਿਲ ਨੂੰ ਹਿਸਟੋਰੀਕਲ ਬਿਲਡਿੰਗਸ ਤੋਂ ਰਿਮੂਵ ਕਰ ਦੇਣਾ ਚਾਹੀਦਾ। ਦੋ ਹੋਰ ਐਗਜ਼ਾਮਪਲਸ ਮੇਰੇ ਕੋਲ ਨੇ, ਮੈਂ ਫਿਰ ਇੱਥੇ ਸੰਕੋਚਾਂਗਾ, ਫਿਰ ਕਿਸੇ ਸ਼ੋਅ ਤੇ ਗੱਲ ਕਰਾਂਗੇ। ਸਾਧਵੀ ਨਿਰੰਜਨ ਜੋਤੀ ਜਿਹੜਾ ਕਿ ਸਾਫ਼ ਬੀਜੇਪੀ ਦੀ ਯੂਨੀਅਨ ਮਿਨਿਸਟਰ ਹੈ, ਉਹ ਕਹਿੰਦੀ ਤੁਸੀਂ ਦੇਖ ਲਓ ਕਿ ਤੁਸੀਂ ਰਾਮ ਜਾਦਿਆਂ ਦੀ ਸਰਕਾਰ ਬਣਾਉਣੀ ਹੈ ਕਿ ਹਰਾਮ ਜਾਦਿਆਂ ਦੀ ਸਰਕਾਰ ਬਣਾਉਣੀ ਹੈ, ਉਹ ਮੁਸਲਮਾਨਾਂ ਨੂੰ ਇੱਥੇ ਉਹਨੇ ਗਾਲ ਕੱਢੀ ਹੈ। ਰਾਜਾ ਸਿੰਘ ਨੇ ਕਿਹਾ ਕਿ ਅਖੰਡ ਭਾਰਤ ਬਣਾਉਣ ਵਾਸਤੇ ਸਿਰਫ ਤੇ ਸਿਰਫ ਇਹ ਗੱਲ ਦਾ ਇਖਤਿਆਰ ਸਾਰੇ ਹਿੰਦੂ ਕਰਨ ਕਿ ਮੁਸਲਮਾਨਾਂ ਤੋਂ ਹੀ ਜਿਹੜਾ ਕਦੀ ਕੋਈ ਸਮਾਨ ਨਾ ਖਰੀਦਣ, ਸਿਰਫ ਤੇ ਸਿਰਫ ਹਿੰਦੂਆਂ ਤੋਂ ਸਮਾਨ ਖਰੀਦਣ। ਸੋ ਮੇਰਾ ਸਵਾਲ ਇਹ ਆ ਮਨਪ੍ਰੀਤ ਸਿੰਘ ਜੀ, ਜੋ ਜਿਹੜਾ ਇੰਡੀਆ ਦੇ ਮੀਡੀਆ ਨੇ ਦਿਖਾਇਆ ਉਹਦੇ ਚ ਕਿੰਨੀ ਕੁ ਸੱਚਾਈ ਆ? ਜਿਹੜਾ ਆਮ ਆਦਮੀ ਪਾਰਟੀ ਦਾ ਸ਼ਾਇਦ ਸੰਸਦ ਆ, ਜਿਹੜਾ ਤਾਹਰ ਹੁਸੈਨ ਸ਼ਾਇਦ ਇੱਦਾਂ ਦਾ ਨਾਂ ਆ ਉਹਨਾਂ ਦਾ, ਜਿਹਨਾਂ ਦੇ ਮਤਲਬ ਮਕਾਨ ਦੇ ਉੱਪਰ ਇੱਟਾਂ ਰੋਲੇ ਵੀ ਰੱਖੇ ਸੀਗੇ ਤੇ ਵੱਡੀ ਵੱਡੀਆਂ ਗਲੇਲਾਂ ਜਿਹੜੀਆਂ ਬਣਾ ਕੇ ਉਹ ਵੀ ਦਿਖਾਈਆਂ ਗਈਆਂ ਕਿ ਇਹ ਮੁਸਲਮਾਨ ਜਿਹੜੇ ਸੀਗੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਰੱਖਦੇ, ਜਿਹਨਾਂ ਨੂੰ ਕਹਿੰਦੇ ਆਪਾਂ ਅਫੈਕਟਿਡ ਹੋਏ ਆ, ਜਿਹਨਾਂ 'ਤੇ ਹਮਲੇ ਹੋਏ ਆ, ਉਹ ਉਹਨਾਂ ਨੇ ਮੀਡੀਆ 'ਚ ਦਿਖਾਲੀਆਂ। ਮੈਂ ਆਪਣੇ ਕੋਲੋਂ ਨਹੀਂ ਗੱਲ ਕਰ ਰਿਹਾ, ਤੁਸੀਂ ਵੀ ਸ਼ਾਇਦ ਦੇਖੀਆਂ ਹੋਊਗੀਆਂ, ਹੈ ਨਾ? ਅਤੇ ਉਦੋਂ ਬਾਅਦ ਮਤਲਬ ਉਹ ਜਿਹੜੀ ਉਹਦੇ ਬਾਰੇ ਕੀ ਜਾਣਕਾਰੀ ਹੈ ਵੀ ਉਹ ਮੁਸਲਮਾਨਾਂ ਨੇ ਵਾਕਿਆ ਹੀ ਇੱਦਾਂ ਕੀਤੀ ਹੈ ਵੀ ਏਦਾਂ ਵੱਡੀ ਵੱਡੀਆਂ ਗਲੇਲਾਂ, ਜਾਂ ਉਹਨਾਂ ਨੇ ਆਪਣੀ ਸਵੈ ਰੱਖਿਆ ਲਈ ਇਹ ਕੀਤਾ, ਜਾਂ ਕੀ ਕਾਰਨ ਸੀ ਕਾਹਤੇ ਉਹਨਾਂ ਨੇ ਇਹ ਕੀਤਾ? ਦੇਖੋ ਇੱਕ ਗੱਲ ਪੱਕੀ ਹੈ ਕਿ ਜਿਹੜਾ ਆਪ ਦਾ ਇੱਕ ਹੋਰ MLA ਹੈਗਾ, ਲੋਕਲ ਪੋਲੀਟੀਸ਼ੀਅਨ ਹੈ ਮੁਸਤਫਤਾਬਾਦ ਤੋਂ, ਜਿਹਦਾ ਨਾਂ ਹੈ ਜੀ ਹਾਜੀ ਯੂਨਿਸ। ਹਾਜੀ ਕਹਿੰਦਾ ਮੈਂ ਸੈਵਰਲ ਕਾਲਾਂ ਕੀਤੀਆਂ ਪੁਲਿਸ ਸਟੇਸ਼ਨ ਨੂੰ, ਕਿਸੇ ਨੇ ਮੇਰਾ ਫੋਨ ਨਹੀਂ ਚੱਕਿਆ, ਮੇਰੀ ਇੰਟਾਇਰ ਗਵਰਨਮੈਂਟ ਹੈਲਪਲੈਸ ਸੀਗੀ। ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਦੇਖੋ ਇਹ ਦੋ ਦਿਨ ਪਹਿਲਾਂ ਇੱਕ ਮਣਿਆ ਗਣਿਆ ਜਿਹੜਾ ਨੇਤਾ ਵੈ BJP ਦਾ, ਜਿਹਦਾ ਅਸੀਂ ਨਾਂ ਪਹਿਲਾਂ ਵੀ ਇੱਥੇ ਕਲੀਅਰ ਕੀਤਾ, ਜਿਹਨੇ ਵਾਇਲੈਂਸ ਜਿਹੜੀ ਹੈ ਉਹ ਇਨਸਾਈਟ ਕੀਤੀ ਹੈ, ਉਸ ਖਾਨ ਦੀਆਂ ਜਦੋਂ ਧਮਕੀਆਂ ਸਾਰੇ ਪਾਸੇ ਵਾਇਰਲ ਹੋ ਰਹੀਆਂ ਸਨ, ਉਸ BJP ਲੀਡਰ ਦੀਆਂ ਧਮਕੀਆਂ ਸਾਰੇ ਪਾਸੇ ਵਾਇਰਲ ਹੋ ਰਹੀਆਂ ਸਨ, ਤਾਂ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਮੁਸਲਮਾਨ ਨੇ ਕਿ ਉਹ ਆਪਣੇ ਆਪ ਦੀ ਪ੍ਰੋਟੈਕਸ਼ਨ ਲਈ ਨਹੀਂ ਕੁਛ ਕਰਨਗੇ? ਇਹ ਤਾਂ ਗੱਲ ਸਾਫ਼ ਹੈ ਨਾ ਕਿ ਜਿਹੜਾ ਇੱਕ ਹਿੰਦੁੱਤਵ ਦਾ ਇਹਨਾਂ ਦਾ ਸੁਪਨਾ ਹੈ, ਇੱਕ ਜਿਹੜਾ ਰੈਂਪੇਜ ਚੱਲ ਰਿਹਾ ਜਿਹਦੇ ਅਧੀਨ ਮੈਂ ਤੁਹਾਨੂੰ ਚਾਰ ਗੱਲਾਂ ਦਾ ਇੱਥੇ ਸੰਗਤਾਂ ਨੂੰ ਵਾਜਿਬ ਕਰਾਉਣਾ ਚਾਹੁੰਦਾ। UAPA ਐਕਟ ਅਮੈਂਡ ਹੁੰਦਾ, ਧਾਰਾ 370 ਜਿਹੜੀ ਹੈ ਉਹ ਉਹਨੂੰ ਰਿਮੂਵ ਕਰ ਦਿੱਤਾ ਜਾਂਦਾ ਹੈ, ਜਿਹੜਾ ਯੂਨੀਲੇਟਰਲੀ ਉਹਨੂੰ ਰਿਮੂਵ ਕੀਤਾ ਜਾਂਦਾ ਹੈ। ਉਸ ਤੋਂ ਬਾਅਦ CEA NRC ਇਹ ਸਾਰਾ ਇੱਕ ਪ੍ਰੋਜੈਕਟ ਦਾ ਹਿੱਸਾ ਹੈ, ਇਹ ਉਸ ਪ੍ਰੋਜੈਕਟ ਦਾ ਹਿੱਸਾ ਹੈ ਜਿਹੜਾ ਕਿ ਕਹਿੰਦੇ ਕਿ ਸਾਨੂੰ ਹੁਣ ਸੈਕੂਲਰ ਭਾਰਤ ਨਹੀਂ ਚਾਹੀਦਾ, ਪਹਿਲਾਂ ਮਾਈਨੋਰਿਟੀਆਂ ਨੂੰ ਰੱਖ ਲਿਆ ਆਪਣੇ ਕੋਲ, ਕਿਹਾ ਜੀ ਅਸੀਂ ਤਾਂ ਸੈਕੂਲਰ ਹਾਂ, ਇਹ ਰਾਦਰ BJP ਪਾਲਿਸੀ ਵੀ ਇਹਨੂੰ ਕੀ ਕਹੀਏ? ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ, ਆਪ ਜੀ ਲੰਬੇ ਸਮੇਂ ਤੋਂ ਰਘਵੀਰ ਸਿੰਘ ਜੀ ਇਸ ਕੰਮ ਦੇ ਵਿੱਚੋਂ ਵਿਚਰੇ ਹੋ, ਪਹਿਲਾਂ ਸਾਨੂੰ ਆਮ ਬੰਦਿਆਂ ਨੂੰ ਮਾਰਨ ਲਈ ਕਾਂਗਰਸ ਸੀ, ਅੱਜ BJP ਹੈ, ਕਦੀ ਸ਼ਿਵ ਸੈਨਾ ਹੁੰਦੀ ਹੈ, ਕਦੀ ਕੋਈ ਹੁੰਦਾ, ਆਖਿਰ ਇਹ ਚੱਲਦੇ ਤਾਂ ਕਿਸੇ ਸਟੇਟ ਪਾਲਿਸੀ ਦੇ ਅਧੀਨ ਪਏ ਨੇ? ਮੈਂ ਤੇ ਇਹ ਗੱਲ ਕਹਿਣਾ ਚਾਹਾਂਗਾ ਕਿ ਭਾਵੇਂ ਉਹ BJP ਹੈ ਭਾਵੇਂ ਕੋਈ ਵੀ ਹੈ, ਹਾਂਜੀ, ਇੰਡੀਆ ਦੀ ਐਂਟੀ ਮਾਈਨੋਰਿਟੀ ਐਂਟੀ ਪੂਅਰ ਇੱਕ ਸਟੇਟ ਪਾਲਿਸੀ ਹੈ। ਕੌਣ ਨਹੀਂ ਅੱਜ ਜਲ ਰਿਹਾ ਮੋਦੀ ਦੇ ਰਾਜ ਦੇ ਵਿੱਚ? ਦਲਿਤਾਂ ਦੇ ਮੰਦਰਾਂ ਤੇ ਹਮਲਾ ਹੁੰਦਾ, ਸਾਡਾ ਉੱਥੇ ਮੰਗੂ ਮੱਠ ਜਿਹੜਾ ਉਹ ਢਾਇਆ ਜਾਂਦਾ, ਕੌਣ ਸਪੇਅਰ ਇਹਦੇ ਤੋਂ, ਸਪੇਅਰ ਕੌਣ ਹੈ? ਦੂਜੀ ਗੱਲ ਇਹ ਵੀ ਹੈ ਕਿ ਇਹ
ਠੀਕ ਹੈ ਇਹ ਹਿੰਦੂ ਵੋਟ ਬੈਂਕ ਲੈਣ ਵਾਸਤੇ ਐਂਟੀ ਮੁਸਲਿਮ ਰੈਟੋਰਿਕ ਅੱਜ ਕੱਲ ਯੂਜ਼ ਕਰ ਰਹੇ ਨੇ, ਪਰ ਕੀ ਇਹਨਾਂ ਦੀ ਆਪਣੀ ਜਨਸੰਖਿਆ ਸੁਰੱਖਿਅਤ ਰਹੇਗੀ? ਕੀ ਜਿੱਥੇ ਹਿੰਦੂ ਘੱਟ ਗਿਣਤੀ ਚ ਰਹਿੰਦਾ ਹੈ ਕੀ ਉੱਥੇ ਉਹਨਾਂ ਦੇ ਖਿਲਾਫ ਹੇਟ ਕ੍ਰਾਈਮਸ ਨਹੀਂ ਹੋਣਗੇ? ਇਹ ਤਾਂ ਮਨਪ੍ਰੀਤ ਸਿੰਘ ਜੀ ਇਹ ਲੋਕਾਂ ਨੇ ਕੱਲ ਸਵਾਲ ਮੀਡੀਆ ਚ ਵੀ ਕੀਤੇ ਆ ਵੀ ਜਿਹੜੇ ਲੋਕੀ ਜਿੱਦਾਂ ਹੁਣ ਮੁਸਲਮਾਨਾਂ ਦੇ ਦੇਖੋ ਕਿੰਨੇ ਕੰਟਰੀ ਆ, ਫਿਰ ਉਹਨਾਂ ਦੇਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਜੇ ਸਿੱਖ ਵੀ ਰਹਿੰਦੇ ਆ, ਹਿੰਦੂ ਵੀ ਰਹਿੰਦੇ ਆ ਜਾਂ ਹੋਰ ਵੀ ਆ, ਵੀ ਇਹ ਤਾਂ ਜਿਹੜੀ ਆ ਆਗਿਆ ਦੁਨੀਆਂ ਦੇ ਵਿੱਚ ਸਾਰੇ ਫੈਲ ਜਾਊਗੀ। ਬਿਲਕੁਲ, ਐਜ਼ ਅ ਸਿੱਖ, ਐਜ਼ ਅ ਵਰਲਡ ਸਿੱਖ ਪਾਰਲੀਮੈਂਟ ਦਾ ਨੁਮਾਇੰਦਾ ਹੋਣ ਦੇ ਨਾਤੇ ਮੇਰੀ ਆਪਣੀ ਨਿੱਜੀ ਰਾਏ ਇਹ ਹੈ, ਅਸੀਂ ਕਿਸੇ ਵੀ ਧਰਮ ਦੇ ਅਗੇਂਸਟ ਸਿੱਖਾਂ ਦੀ ਲੜਾਈ ਨਹੀਂ, ਨਾ ਹੀ ਅਸੀਂ ਕਿਸੇ ਨੂੰ ਹੇਟ ਕਰਦੇ ਹਾਂ, ਨਾ ਹੀ ਅਸੀਂ ਚਾਹੁੰਦੇ ਹਾਂ ਕੋਈ ਵੀ ਆਮ ਬੰਦਾ, ਚਾਹੇ ਉਹ ਹਿੰਦੂ ਹੋਵੇ, ਚਾਹੇ ਉਹ ਸਿੱਖ ਹੋਵੇ, ਚਾਹੇ ਉਹ ਮੁਸਲਮਾਨ ਹੈ, ਕੋਈ ਵੀ ਆਮ ਬੰਦੇ ਨੂੰ ਕੋਈ ਨੁਕਸਾਨ ਪਹੁੰਚਦਾ ਤੇ ਇੱਕ ਸਿੱਖ ਦਾ ਹਿਰਦਾ ਵਲੂੰਦਰਿਆ ਜਾਂਦਾ, ਕਿਉਂਕਿ ਅਸੀਂ ਦੋਵੇਂ ਸਮੇਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਅੱਜ ਚਾਹੇ ਉਹ ਹਿੰਦੂਆਂ ਦੇ ਬੱਚੇ ਹੋਣ, ਚਾਹੇ ਸਿੱਖਾਂ ਦੇ, ਬੀਜੇਪੀ ਇੱਕ ਹਿੰਦੁਸਤਾਨ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ, ਜਿਹੜੇ ਅੱਜ ਸਾਨੂੰ ਪੁੱਛਦੇ ਸੀ ਖਾਲਿਸਤਾਨ ਕਿਉਂ ਮੰਗਦੇ ਹੋ, ਕਿਉਂ ਮੰਗਦੇ ਹੋ, ਕਸ਼ਮੀਰ ਕਿਉਂ ਮੰਗਿਆ ਜਾਂਦਾ, ਕਿਉਂ ਡਰਾਵਿਡ ਲੈਂਡ ਮੰਗਿਆ ਜਾਂਦਾ, ਕਿਉਂ ਥੱਲੇ ਸਾਊਥ ਦੇ ਵਿੱਚ ਕਰਨਾਟਕਾ ਆਪਣਾ ਵੱਖਰਾ ਝੰਡਾ ਲਹਿਰਾਉਂਦਾ, ਕਿਉਂ ਸੈਵਨ ਸਿਸਟਰ ਸਟੇਟਸ ਇੰਡੀਆ ਤੋਂ ਆਜ਼ਾਦੀ ਚਾਹੁੰਦੀਆਂ ਨੇ? ਜੇ ਤੁਸੀਂ ਚਾਹੁੰਦੇ ਹੋ ਕਿਉਂ ਚਾਹੁੰਦੀਆਂ ਨੇ, ਤੇ ਇਸ ਸਵਾਲ ਦਾ ਜਵਾਬ ਜੋ ਦਿੱਲੀ ਦੇ ਵਿੱਚ ਪਿਛਲੇ ਦਿਨੀ ਹੋਇਆ ਉਹ ਦੇਖ ਲਓ, ਕਿਉਂਕਿ ਜਦੋਂ ਅਸੀਂ 1984 ਦੀ ਗੱਲ ਕਰਦੇ ਹਾਂ ਕਈ ਸਾਨੂੰ ਕਹਿ ਦਿੰਦੇ ਉਹ ਤਾਂ ਬਹੁਤ ਪਹਿਲੇ ਹੋ ਚੁੱਕਾ ਜੀ, ਹੁਣ ਤਾਂ ਹਿੰਦੁਸਤਾਨ ਬਦਲ ਗਿਆ। ਨਹੀਂ, 2020 ਚ ਜੋ ਅੱਜ ਦਿੱਲੀ ਵਿੱਚ ਮੁਸਲਮਾਨਾਂ ਨਾਲ ਹੋਇਆ ਇੱਕ ਕਲੀਅਰ ਕੱਟ ਇੰਡੀਕੇਸ਼ਨ ਹੈ ਹਿੰਦੁਸਤਾਨ ਅੱਜ ਵੀ ਉਹੀ ਹੈ ਜੋ ਪਹਿਲਾਂ ਸੀ, ਐਂਟੀ ਮੈਨੋਰਿਟੀ, ਆਮ ਬੰਦੇ ਦੇ ਖੂਨ ਦਾ ਪਿਆਸਾ, ਗਰੀਬ ਦੇ ਖੂਨ ਦਾ ਪਿਆਸਾ ਔਰ ਮੈਨੋਰਿਟੀਆਂ ਦੇ ਖੂਨ ਦਾ ਪਿਆਸਾ, ਇਹੀ ਇੱਕ ਇਹਨਾਂ ਦੀ ਸਟੇਟ ਪਾਲਿਸੀ ਹੈ। ਤੇ ਜਿੱਦਾਂ ਹੁਣ ਤੁਸੀਂ ਵੈਸੇ ਥੋੜਾ ਜਿਹਾ ਤਾਂ ਜਵਾਬ ਦੇ ਵੀ ਦਿੱਤਾ, ਕਿਉਂਕਿ ਜਿੱਦਾਂ ਆਪਾਂ ਕਹਿੰਦੇ ਵੀ ਜੇ ਅੱਗੇ ਦੁਨੀਆਂ 'ਚ ਸਾਰੇ ਫੈਲ ਜਾਂਦੀ ਆ ਜਾਂ ਸਿੱਖ, ਜਿੱਦਾਂ ਹੁਣ ਭਾਵੇਂ ਦਿੱਲੀ ਦੇ ਵਿੱਚ ਇਹ ਗੱਲਬਾਤ ਹੋਈ ਆ ਸਿੱਖਾਂ ਨੇ, ਠੀਕ ਹੈ ਬੇਸ਼ੱਕ ਆਪਾਂ ਇਹ ਮੰਨ ਲਈਏ ਬਈ ਜਿਹੜੀ ਪੰਜਾਬ ਦੀ ਪੋਲੀਟਿਕਸ ਆ ਜਾਂ ਪੰਜਾਬ ਦੀ ਰਾਜਨੀਤਿਕ ਪਾਰਟੀ ਆ ਉਹਦੀ ਵੀ ਜਿਹੜੀ ਸਾਂਝ ਆ ਬੀਜੇਪੀ ਦੇ ਨਾਲ ਆ, ਪਰ ਫਿਰ ਵੀ ਦਿੱਲੀ ਦੇ ਵਿੱਚ ਸਿੱਖਾਂ ਨੇ ਆਪਣਾ ਜਿਹੜਾ ਜਿਹੜੀ ਆਪਣਾ ਫੇਸ ਸੀਗਾ ਜਾਂ ਆਪਣੀ ਗੱਲਬਾਤ, ਜਿੱਦਾਂ ਆਮ ਸਿੱਖਾਂ ਨੇ ਜਿੱਦਾਂ ਗੁਰਦੁਆਰਿਆਂ ਦੀ ਵੀ ਗੱਲ ਕਰ ਲਈਏ, ਉਹਨਾਂ ਨੇ ਹਰੇਕ ਲਈ ਖੁੱਲ੍ਹੇ, ਨਾ ਕਿ ਇਕੱਲੇ ਮੁਸਲਮਾਨਾਂ ਲਈ, ਉਹਨਾਂ ਨੇ ਇਹ ਵੀ ਕਿਉਂਕਿ ਕਈ ਥਾਈਂ ਹਿੰਦੂ ਵੀ ਅਫੈਕਟਡ ਹੋਏ, ਆਪਾਂ ਇਹ ਵੀ ਨਾ ਕਹੀਏ ਕਿ ਇਕੱਲੇ ਮੁਸਲਮਾਨ ਹੋਏ ਆ, ਹਿੰਦੂ ਪਰਿਵਾਰ ਵੀ ਕਈ ਥਾਈਂ ਅਫੈਕਟਡ ਹੋਏ ਆ। ਬਿਲਕੁਲ, ਜੇ ਦੇਖੋ ਜਿਹੜੀ ਜਦੋਂ ਅੱਗ ਫੈਲਦੀ ਹੈ, ਅੱਗ ਭਾਵੇਂ ਲਗਾਉਣ ਵਾਲਾ ਕੋਈ ਵੀ ਹੋਵੇ, ਪਰ ਜਦੋਂ ਇੱਕ ਵਾਰੀ ਅੱਗ ਲੱਗ ਜਾਂਦੀ ਹੈ ਫਿਰ ਉਹਦੇ ਤੇ ਕਿਸੇ ਦਾ ਕੰਟਰੋਲ ਨਹੀਂ ਰਹਿੰਦਾ, ਫਿਰ ਉਹਦੇ ਵਿੱਚ ਅੱਗ ਜਲਾਉਣ ਵਾਲਾ ਖੁਦ ਵੀ ਜਲੇਗਾ ਔਰ ਪਰ ਜਿਹੜਾ ਜਿਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤਾਂ ਜਲੇਗਾ ਹੀ ਜਲੇਗਾ। ਸੋ ਇੱਕ ਆਪਾਂ ਕਾਲ ਲੈ ਲਈਏ ਯੂਐਸਏ ਤੋਂ ਆ ਕਾਲ। ਜੀ ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਧੀਆ, ਆਪਣੇ ਸੁਖਵਿੰਦਰ ਸਿੰਘ ਜੀ, ਮੇਰਾ ਖਿਆਲ ਮਨਪ੍ਰੀਤ ਸਿੰਘ ਹੁਣੀ ਆਪਣੇ ਗੈਸਟ ਹੈ ਮੇਨ ਅੱਜ, ਅਤੇ ਉਹਨਾਂ ਦੀ ਸ਼ਾਇਦ ਪਤਾ ਨਹੀਂ ਆਵਾਜ਼ ਤੁਹਾਨੂੰ ਸੁਣੇ ਜਾਂ ਨਾ ਸੁਣੇ, ਪਰ ਤੁਸੀਂ ਗੱਲਬਾਤ ਕਰ ਸਕਦੇ ਹਾਂ, ਆਪਾਂ ਦਿੱਲੀ ਦੇ ਬਾਰੇ ਦੁਬਾਰਾ ਗੱਲ ਕਰ ਰਹੇ ਹਾਂ। ਪਰਮਿਸ਼ਨ ਨੀ ਮਿਲੀ ਪਾਰਟੀ ਤੋਂ, ਡਿਬੇਟ ਦਾ ਤਾਂ ਸਵਾਦ ਆਉਣਾ ਸੀਗਾ ਓਦਾਂ ਬਈ ਜੇ ਉਹ ਵੀ ਆਉਂਦੇ ਤੇ ਬੀਜੇਪੀ ਵਾਲੇ ਵੀ ਆਉਂਦੇ, ਉਹਨਾਂ ਦੋਨਾਂ ਨੇ ਜਿੱਦਾਂ ਹਲੇ ਨਾ ਹੀ ਕੀਤੀ ਨਾ ਹਾਂ ਹੀ ਕੀਤੀ। ਦਿੱਲੀ ਦੇ ਰਾਈਟਸ ਜਾਂ ਉਹ ਹੀ ਆ, ਕਿਉਂਕਿ ਮਨਪ੍ਰੀਤ ਹੁਣਾਂ ਨੇ ਬਹੁਤ ਜਿਹੜੇ ਦੱਸੇ ਆ ਵੀ ਕਿਹੜੇ ਕਿਹੜੇ ਕਿੱਦਾਂ ਕਿੱਦਾਂ ਅਫੈਕਟਡ ਹੋਇਆ, ਉਹਨਾਂ ਨੇ ਕੋਟ ਕਰਕੇ ਦੱਸਿਆ ਕਿ ਕਿਹੜੇ ਆਗੂ ਨੇ ਹਿੰਦੂ ਨੇ ਕੀ ਕਿਹਾ ਸੀਗਾ। ਤੁਸੀਂ ਇੱਥੇ ਅਮਰੀਕਾ ਦੇ ਵਿੱਚ ਆ ਅਤੇ ਤੁਸੀਂ ਫਿਰ ਵੀ ਤਾਂ ਨੌਲੇਜ ਤਾਂ ਰੱਖਦੇ ਹੀ ਆ, ਇਸ਼ੂ ਆਪਾਂ ਅੱਗੇ ਵੀ ਇੱਕ ਦਿਨ ਕੀਤਾ ਸੀ, ਕੀ ਕਹਿਣਾ ਚਾਹੁੰਦੇ ਹੋ? ਅੱਛਾ, ਤੁਸੀਂ ਗੱਲ ਕਰਨੀ ਚਾਹੁੰਦੇ ਹੋ ਜੀ ਜਾਂ ਕੋਈ ਸਵਾਲ ਕਰਨਾ ਚਾਹੁੰਦੇ ਆ? ਨਹੀਂ ਨਹੀਂ ਜੀ, ਤੁਸੀਂ ਆਪਣਾ ਪ੍ਰੋਗਰਾਮ ਚਾਲੂ ਰੱਖੋ। ਓਕੇ, ਧੰਨਵਾਦ ਜੀ।
ਮਨਪ੍ਰੀਤ ਸਿੰਘ ਜੀ ਸੁਖਵਿੰਦਰ ਸਿੰਘ ਸੀਗੇ ਅਮਰੀਕਾ ਤੋਂ ਸਰ ਪੁਜਾ ਉਹ ਚਾਹੁੰਦੇ ਸੀ ਵੀ ਜਿੱਦਾਂ ਜਿਹੜੇ ਉਹੀ ਗੱਲ ਆ ਜਾਂਦੀ ਨਾ ਵੀ ਜੇ ਦੂਸਰੇ ਬੰਦੇ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਤੇ ਬੀਜੇਪੀ ਦੇ ਵੀ ਆਏ ਹੁੰਦੇ ਤਾਂ ਜ਼ਰੂਰ ਉਹ ਕਹਿੰਦੇ ਵੀ ਅਸੀਂ ਆਪਣੀ ਗੱਲਬਾਤ ਕਰਨੀ ਸੀਗੀ। ਜੀ ਜੀ ਬਿਲਕੁਲ, ਮਤਲਬ ਠੀਕ ਹੈ ਆਪਾਂ ਸੰਗਤਾਂ ਦੇ ਸਨਮੁਖ ਹੋ ਕੇ ਕੁਝ ਫੈਕਟਸ ਰੱਖ ਰਹੇ ਹਾਂ ਜੋ ਕਿ ਆਪਾਂ ਲੈ ਰਹੇ ਹਾਂ। ਮੇਰੇ ਹਿਸਾਬ ਨਾਲ ਜਦੋਂ ਇਹਨਾਂ ਦੇ ਨਾਲ ਸਾਡਾ ਸਾਹਮਣਾ ਹੋਵੇ ਤੇ ਆਈ ਥਿੰਕ ਉਹ ਬੈਟਰ ਹੈ, ਕਿਉਂਕਿ ਆਪਾਂ ਇੱਕ ਇਹਨਾਂ ਨੂੰ ਸਵਾਲ ਜਿਹੜੇ ਨੇ ਇਹ ਹੁਣ ਸਾਫ਼ ਜਿਹੜਾ ਇਹਨਾਂ ਦਾ ਜਿਹਨਾਂ ਇਹਨਾਂ ਦਾ ਕਾਲਾ ਚਿੱਠਾ ਸੀ ਇਹ ਸਾਫ਼ ਦੁਨੀਆਂ ਦੇ ਸਾਹਮਣੇ ਆ ਗਿਆ। ਹਾਂਜੀ, ਔਰ ਇਹਦੇ ਵਿੱਚ ਹੁਣ ਕੋਈ ਜਿਹੜੀ ਇਹ ਦੋ ਰਾਏ ਨਹੀਂ ਰਹੀ। ਤੁਸੀਂ ਸਿਰਸਾ ਦੀ ਗੱਲ ਕੀਤੀ ਸੀ ਦਿੱਲੀ ਪ੍ਰਬੰਧਕ ਕਮੇਟੀ ਨੇ, ਹਾਂਜੀ ਉਹਨਾਂ ਨੇ ਕਿਹਾ ਜੀ ਕਿ ਗੁਰਦੁਆਰੇ ਖੁੱਲੇ ਨੇ, ਬਹੁਤ ਵਧੀਆ ਗੱਲ ਹੈ, ਚੰਗੀ ਗੱਲ ਹੈ। ਪਰ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ, ਜਿਹੜਾ ਮੈਂ ਆਪ ਜੀ ਨੂੰ ਪੜ੍ਹ ਕੇ ਬਿਆਨ ਸੁਣਾਇਆ ਜੀ ਸਾਧਵੀ ਦਾ, ਸਾਧਵੀ ਨਿਰੰਜਨ ਜੋਤੀ ਦਾ, ਜਿਹਦੇ ਵਿੱਚ ਉਹ ਕਹਿੰਦੀ ਕਿ ਰਾਮਜਾਦਿਆਂ ਦੀ ਸਰਕਾਰ ਚਾਹੀਦੀ ਹੈ ਕਿ ਹਰਾਮਜਾਦਿਆਂ ਦੀ ਸਰਕਾਰ ਚਾਹੀਦੀ ਹੈ, ਤੁਸੀਂ ਯੂਟਿਊਬ ਤੇ ਜਾ ਕੇ ਵੇਖ ਲਓ, ਪਿੱਛੇ ਸਿਰਸਾ ਉਹਦੇ ਵਿੱਚ ਖੜਾ ਵੀਡੀਓ ਦੇ ਵਿੱਚ। ਕਹਿਣ ਤੋਂ ਭਾਵ ਇਹ ਜਿਹੜੇ ਨੇ ਆਪਣਾ ਚਿਹਰਾ ਜਿਹੜਾ ਨੇ ਬਾਰ ਬਾਰ ਬਦਲਦੇ ਨੇ। ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਅੱਜ ਤੱਕ ਜਿਹੜੀ ਜਿਹੜੀਆਂ ਗੌਰਮੈਂਟਾਂ ਸੀ ਏ ਏ ਤੇ ਨਹੀਂ ਬੋਲੀਆਂ, ਪੀ ਏ ਦੇ ਐਕਟ ਤੇ ਨਹੀਂ ਬੋਲੀਆਂ, 370 ਤੇ ਅਕਾਲੀਆਂ ਚ ਕੋਈ ਨਹੀਂ ਬੋਲਿਆ, ਤੇ ਮੈਂ ਇਹਨਾਂ ਨੂੰ ਕਹਿੰਦਾ ਠੀਕ ਹੈ ਅੱਜ ਤੁਸੀਂ ਬੋਲ ਰਹੇ ਹੋ, ਪਰ ਇਹ ਨਾ ਇਹ ਮਤ ਜਾਣਿਓ ਵੀ ਸਿੱਖ ਤੁਹਾਡੇ ਕਹੇ ਤੇ ਕੋਈ ਗੁੰਮਰਾਹ ਹੋ ਸਕਦੇ ਨੇ। ਅਸੀਂ ਸਾਰੇ ਜਾਣਦੇ ਹਾਂ ਵੀ ਹਰਿਆਣੇ ਦੇ ਵਿੱਚ ਜਦੋਂ ਉਹਨਾਂ ਨੇ ਤੁਹਾਨੂੰ ਟਿਕਟਾਂ ਨਹੀਂ ਦਿੱਤੀਆਂ, ਜਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਤੁਹਾਨੂੰ ਮੂੰਹ ਮੰਗੀਆਂ ਟਿਕਟਾਂ ਨਹੀਂ ਦਿੱਤੀਆਂ, ਤੇ ਅੱਜ ਤੁਸੀਂ ਜਿਹੜਾ ਢੋਂਗ ਕਰ ਰਹੇ ਹੋ ਆਪਣੇ ਆਪ ਦੁਬਾਰਾ ਧਾਰਮਿਕ ਸਾਬਿਤ ਕਰਨ ਦਾ, ਇਹ ਇਹ ਢੋਂਗ ਅਸੀਂ ਬਾਏ ਨਹੀਂ ਕਰਨਾ। ਠੀਕ ਹੈ, ਬਹੁਤ ਵਧੀਆ ਗੱਲ ਹੈ, ਗੁਰਦੁਆਰਿਆਂ ਤੇ ਅੱਜ ਤੁਸੀਂ ਕਾਬਜ ਹੋ, ਗੁਰਦੁਆਰੇ ਤੁਹਾਡੇ ਪਿਓ ਦੇ ਨਹੀਂ ਹੈਗੇ, ਤੁਸੀਂ ਚੰਗਾ ਕੀਤਾ ਜੇ ਗੁਰਦੁਆਰਿਆਂ ਦੇ ਗੇਟ ਉਹਨਾਂ ਲਈ ਖੋਲ੍ਹੇ, ਕਿਉਂਕਿ ਇਹ ਗੁਰੂ ਦਾ ਦਰ ਹੈ। ਇੱਥੇ ਹਰ ਕੋਈ ਇਫੈਕਟਿਡ, ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ, ਭਾਵੇਂ ਕੋਈ ਵੀ ਹੋਵੇ, ਇਹ ਆ ਸਕਦਾ ਉਹਨੂੰ ਸ਼ਰਨ, ਜੋ ਜਿਸ ਸ਼ਰਨ ਜੋ ਸ਼ਰਨ ਆਏ ਤੇ ਸਕੰਠ ਲਾਏ, ਇਹ ਗੁਰੂ ਸਾਹਿਬ ਦਾ ਸਿਧਾਂਤ ਹੈ, ਤੁਸੀਂ ਕੋਈ ਆਸਾਨ ਨਹੀਂ ਕੀਤਾ। ਹਾਂਜੀ, ਚਲੋ ਆਪਾਂ ਦਿੱਲੀ ਗੁਰਦੁਆਰੇ ਦੀ ਗੱਲ ਚੱਲ ਪਈ, ਨਾਲ ਮੇਰਾ ਸਵਾਲ ਵੀ ਸੀਗਾ ਇੱਕ, ਜੇ ਉਹ ਸ਼ਾਇਦ ਇੱਕ ਜਿਹੜਾ ਇਹਨਾਂ ਦਾ ਮੀਤ ਪ੍ਰਧਾਨ ਆ ਉਹਨੇ ਬਿਆਨ ਵੀ ਦਿੱਤਾ ਸੀਗਾ ਤੇ ਉਹਨੇ ਵੀ ਮੁਸਲਮਾਨਾਂ ਲਈ ਜਿੱਦਾਂ ਗਲਤ ਲਫ਼ਜ਼ ਵਰਤੇ, ਬਾਅਦ ਦੇ ਵਿੱਚ ਬਹੁਤ ਬਹੁਤ ਤੋਏ ਤੋਏ ਹੋਣ ਤੋਂ ਬਾਅਦ ਸ਼ਾਇਦ ਮਾਫ਼ੀ ਵੀ ਮੰਗੇ ਹੋ। ਬਿਲਕੁਲ ਬਿਲਕੁਲ ਬਿਲਕੁਲ, ਦੇਖੋ ਇੱਕ ਗੱਲ ਤਾਂ ਪੱਕੀ ਹੈ, ਭਾਰਤ ਸਰਕਾਰ ਇਸ ਵੇਲੇ ਜਿਸ ਤਰੀਕੇ ਦੇ ਨਾਲ ਆਰ ਐਸ ਐਸ ਹਿੰਦੁਸਤਾਨ ਤੇ ਕਾਬਜ਼ ਹੈ, ਜਿਸ ਤਰੀਕੇ ਦੇ ਨਾਲ ਆਰ ਐਸ ਐਸ ਹਰ ਥਾਂ ਤੇ ਉਹਦਾ ਕਬਜ਼ਾ ਹੈ, ਨਾ ਤਾਂ ਕੇਜਰੀਵਾਲ ਖੁੱਲ ਕੇ ਉਹਨਾਂ ਦੇ ਖਿਲਾਫ਼ ਕੁਛ ਬੋਲ ਰਹੇ ਨੇ, ਨਾ ਆਮ ਆਦਮੀ ਪਾਰਟੀ ਖੁੱਲ ਕੇ ਕੋਈ ਉੱਥੇ ਐਕਸ਼ਨ ਲੈ ਰਹੀ ਹੈ, ਸ਼ਹੀਨ ਬਾਗ ਦੇ ਮੋਰਚੇ ਤੇ ਇਹਨਾਂ ਦਾ ਕੋਈ ਟੇਕ ਨਹੀਂ, ਸੀ ਏ ਏ ਤੇ ਇਹਨਾਂ ਦਾ ਕੋਈ ਟੇਕ ਨਹੀਂ, ਬਲਕਿ 370 ਐਬਰੋਗੇਟ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਕੇਜਰੀਵਾਲ ਦਾ ਬਿਆਨ ਆਉਂਦਾ ਜੀ ਇਹ ਦੇਸ਼ ਦੀ ਅਖੰਡਤਾ ਤੇ ਏਕਤਾ ਲਈ ਜਿਹੜਾ ਕਦਮ ਚੁੱਕਿਆ, ਵਧੀਆ ਕਦਮ ਚੁੱਕਿਆ। ਬੰਦਾ ਪੁੱਛੇ ਤੂੰ ਦਿੱਲੀ ਦਾ ਰੈਜ਼ੀਡੈਂਸ ਹੈ, ਤੈਨੂੰ ਕੀ ਲੈਣਾ ਦੇਣਾ, ਤੈਨੂੰ ਕੀ ਹੱਕ ਬਣਦਾ ਕਿ ਜਿਹੜਾ 70 ਸਾਲ ਪੁਰਾਣਾ ਐਗਰੀਮੈਂਟ ਸੀ ਕਸ਼ਮੀਰੀਆਂ ਦੇ ਨਾਲ, ਜਵਾਹਰ ਲਾਲ ਨਹਿਰੂ ਨੇ ਖੁਦ ਜਿਹੜਾ ਐਗਰੀਮੈਂਟ ਕੀਤਾ ਸੀਗਾ ਉਹਨੂੰ ਅੱਜ ਮੋਦੀ ਸਰਕਾਰ ਵਾਪਸ ਲੈ ਰਹੀ ਹੈ, ਤੇਰਾ ਕੀ ਰਾਈਟ ਬਣਦਾ ਉਸ ਤੇ ਬੋਲਣ ਦਾ? ਪਰ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਕਿ ਅੱਜ ਚਾਹੇ ਉਹ ਸਾਡੇ ਗੁਰਦੁਆਰੇ ਨੇ, ਚਾਹੇ ਉਹ ਅੱਜ ਸਾਡੀਆਂ ਜੋ ਮਰਜ਼ੀ ਹੈ ਸਰਕਾਰੀ ਬਣੀਆਂ ਬਣਾਈਆਂ ਜਿਹੜੀਆਂ ਜਥੇਦਾਰੀਆਂ ਨੇ, ਜਿੱਥੇ ਵੀ ਰਹਿਣਾ ਹੈ, ਚਾਹੇ ਦਿੱਲੀ ਦੀ ਸਰਕਾਰ ਸਾਹਮਣੀ ਹੈ, ਬੀਜੇਪੀ ਦੀ ਛਤਰ ਛਾਇਆ ਤੋਂ ਬਗੈਰ ਇਹ ਕੰਮ ਨਹੀਂ ਹੋ ਪਾ ਰਹੇ, ਤੇ ਇਸ ਕਰਕੇ ਕੋਈ ਵੀ ਕਰੜੀ ਜ਼ਬਾਨ ਚ ਉਹਨਾਂ ਦੇ ਖਿਲਾਫ਼ ਬੋਲਣ ਲਈ ਤਿਆਰ ਨਹੀਂ। ਠੀਕ ਹੈ, ਅਸੀਂ ਅੱਜ ਵਿਦੇਸ਼ਾਂ ਚ ਰਹਿੰਦੇ ਹਾਂ, ਅਸੀਂ ਇੱਥੇ ਆਜ਼ਾਦ ਮੁਲਕਾਂ ਚ ਰਹਿੰਦੇ ਹਾਂ, ਅਸੀਂ ਸਾਨੂੰ ਇੱਕ ਆਜ਼ਾਦੀ ਹੈ ਆਪਣਾ ਐਨਾਲਿਸਿਸ ਪੇਸ਼ ਕਰਨ ਦੀ। ਅੱਜ ਬੀਜੇਪੀ ਸਰਕਾਰ ਇੱਕ ਵਾਇਰਸ ਬਣ ਚੁੱਕੀ ਹੈ, ਹਿੰਦੁੱਤਵ ਆਰ ਐਸ ਐਸ ਇੱਕ ਵਾਇਰਸ ਬਣ ਚੁੱਕਾ ਹੈ। ਇੰਨੇ ਲੋਕ ਕਿੰਨੇ ਦੇਸ਼ਾਂ ਚੋਂ ਜਿਹੜਾ ਕੋਰੋਨਾ ਵਾਇਰਸ ਜਿਹਦਾ ਅੱਜ ਸਾਰੇ ਪਾਸੇ ਜ਼ਿਕਰ ਹੈ ਉਹਦੇ ਨਾਲ ਨਹੀਂ ਮਰ ਰਹੇ। ਪਰ ਮੈਨੂੰ ਹੁਣ ਤੁਸੀਂ ਗੱਲ ਦੱਸੋ ਕਿ ਹਿੰਦੁਸਤਾਨ ਵਰਗੇ ਦੇਸ਼ ਨੂੰ ਇਸ ਵਾਇਰਸਾਂ ਦੀ ਲੋੜ ਹੈ ਮਾਰਨ ਵਾਸਤੇ? ਇਹਨਾਂ ਲਈ ਤਾਂ ਕਮਿਊਨਲ ਵਾਇਲੈਂਸ ਹੀ ਬਹੁਤ ਹੈ ਇੱਕ ਦੂਜੇ ਨੂੰ ਮਾਰਨ ਵਾਸਤੇ। ਅੱਜ ਜਿੱਥੇ ਦੁਨੀਆ ਵਿਕਸਿਤ ਹੋ ਰਹੀ ਹੈ, ਵਿਕਸਿਤਤਾ ਦੀ ਗੱਲ ਕਰ ਰਹੀ ਹੈ, ਜਿੱਥੇ ਸਿੱਖ ਅੱਜ ਫਸਟ ਵਰਲਡ ਕੰਟਰੀਜ਼ ਦੇ ਵਿੱਚ ਵੱਡੇ ਵੱਡੇ ਮੰਤਰੀ ਬਣੇ ਹੋਏ ਨੇ, ਉੱਥੇ ਅੱਜ ਇਹ ਕੀ ਕਰ ਰਹੇ ਨੇ? ਇਹਨਾਂ ਦੇ ਦੇਸ਼ ਦੇ ਵਿੱਚ ਕੀ ਹੋ ਰਿਹਾ? ਇਹ ਵਜ੍ਹਾ ਹੈ ਜਦੋਂ ਅਸੀਂ ਕਹਿੰਦੇ ਹਾਂ ਸਾਨੂੰ ਆਪਣਾ ਦੇਸ਼ ਚਾਹੀਦਾ, ਸਾਨੂੰ ਆਪਣਾ ਆਜ਼ਾਦ ਘਰ ਚਾਹੀਦਾ, ਕਿਉਂਕਿ ਅਸੀਂ ਇਸ ਘਟੀਆ ਮਨੁਵਾਦੀ ਮਨੁਵ੍ਰਿਤੀਵਾਦੀ ਹਿੰਦੁੱਤਵ ਦੀ ਛਤਰ ਛਾਇਆ ਅਧੀਨ ਨਹੀਂ ਰਹਿ ਸਕਦੇ। ਸਾਡਾ ਸਾਹ ਘੁੱਟਦਾ, ਸਾਨੂੰ ਜਿਹੜਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੇ ਗਏ ਨੇ ਉਹ ਫਿੱਟ ਨਹੀਂ ਬੈਠਦਾ ਇਹਨਾਂ ਦੇ ਅਧੀਨ, ਇਹਨਾਂ ਦਾ ਅਨਿਆਇ ਸਹਿਣ ਨੂੰ ਸਾਡਾ ਮਨ ਨਹੀਂ ਮੰਨਦਾ, ਇਹਨਾਂ ਦੇ ਅਤਿਆਚਾਰ ਖਿਲਾਫ਼ ਅਸੀਂ ਚੁੱਪ ਨਹੀਂ ਰਹਿ ਸਕਦੇ। ਇਹ ਸਾਨੂੰ ਗੁਰਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮਿਲੀ ਹੈ। ਇੱਕ ਗੱਲ ਹੋਰ ਜਿਹੜੀ ਜਿੱਦਾਂ ਚਲੋ ਇਹ ਤਾਂ ਜਿੱਦਾਂ ਸਾਰੀ ਦੁਨੀਆ ਜਾਂ ਮੀਡੀਆ 'ਚ ਵੀ ਆਉਂਦਾ ਵੀ ਹਾਂ ਜਿੱਦਾਂ ਘੱਟ ਗਿਣਤੀਆਂ ਇਕੱਲਾ ਭਾਰਤ ਨੇ, ਹੋਰ ਵੀ ਬਹੁਤ ਦੇਸ਼ਾਂ ਦੇ ਵਿੱਚ ਜਿੱਥੇ ਘੱਟ ਗਿਣਤੀਆਂ ਨਾਲ ਵਿਤਕਰੇ ਹੁੰਦੇ ਆ
ਤੇ ਅਗਲੇ ਜਾ ਕੇ ਮੁੜ ਕੇ ਉਹਨਾਂ ਕੋਲ ਇੱਕ ਚਾਂਸ ਹੁੰਦਾ ਵੀ ਵਾ ਚਲੋ ਅਦਾਲਤ ਦੇ ਵਿੱਚ ਕੁੰਡਾ ਜਾ ਕੇ ਖੜਕਾ ਲੈਂਦੇ ਹਾਂ, ਉੱਥੇ ਕੋਈ ਗੱਲ ਹੋ ਜਾਊਗੀ, ਸ਼ਾਇਦ ਉੱਥੇ ਸਾਡੀ ਗੱਲਬਾਤ ਸੁਣੀ ਜਾਊਗੀ। ਆਹ ਜਿਹੜੇ ਹੁਣ ਹਿੰਸਾ ਹੋਈ ਆ, ਉਸ ਤੋਂ ਬਾਅਦ ਮਤਲਬ ਜਦੋਂ ਮੁਰਲੀਧਰਨ, ਹਾਲਾਂਕਿ ਉਹ ਇੱਕ ਸ਼ਾਇਦ ਮੇਰੇ ਕੋਲ ਹਿੰਦੂ ਆ, ਮਤਲਬ ਜਿਹਨੇ ਬਹੁਤ ਵਧੀਆ ਡਿਸੀਜਨ ਲਿਆ ਸੀ, ਲੇਕਿਨ ਉਹਨੂੰ ਰਾਤ ਰਾਤ ਚੱਕ ਕੇ ਇੱਧਰ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਮਾਰਿਆ, ਤੇ ਇਹਨੂੰ ਤੁਸੀਂ ਕਿੱਦਾਂ ਲੜ ਲੈਂਦੇ ਆ? ਬਿਲਕੁਲ ਭਾਜੀ, ਇਹ ਤੁਹਾਡਾ ਕਾਫੀ ਵਧੀਆ ਇਹਦੇ ਤੇ ਐਨਾਲਿਸਿਸ ਹੈ। ਮੈਂ ਇੱਥੇ ਨਾ ਇੱਕ ਗੱਲ ਕਲੀਅਰ ਕੱਟ ਰੱਖਣਾ ਚਾਹੁੰਦਾ, ਮੇਰੇ ਕੋਲ ਇੱਕ ਥੋੜਾ ਜਿਹਾ ਇਹਦੇ ਪ੍ਰਤੀ ਫੈਕਟ ਸੀਗੇ ਕਿ ਜਿਹੜਾ ਜਿਹੜਾ ਤੁਸੀਂ ਕੋਰਟਸ ਦੀ ਗੱਲ ਕੀਤੀ ਹੈ, ਮੈਂ ਕੋਰਟ ਦੀਆਂ ਗੱਲਾਂ ਤੇ ਆ ਜਾਂਦਾ ਜੀ। ਬੀਜੇਪੀ ਦੇ ਪੂਰੇ ਹਿੰਦੁਸਤਾਨ ਦੇ ਵਿੱਚ 500 539 ਜਿਹੜੇ ਨੇ MP ਉਹ ਇਲੈਕਟ ਹੋਏ, ਠੀਕ ਹੈ। ਉਹਦੇ ਵਿੱਚੋਂ 233 MP ਯਾਨੀ ਕਿ 43% MP ਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਨੇ। ਜੇ ਅਸੀਂ ਕੱਲੀ ਬੀਜੇਪੀ ਦੀ ਗੱਲ ਕਰੀਏ ਤੇ 116 MP ਯਾਨੀ ਕਿ 39% ਆਫ ਯਾਨੀ ਕਿ ਕਰੀਬਨ ਕਰੀਬਨ ਅੱਧੇ 40% MP ਜਿਹੜੇ ਬੀਜੇਪੀ ਦੇ ਨੇ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸਿਸ ਦਰਜ ਨੇ। ਠੀਕ ਹੈ, ਕਿੱਥੇ ਕੰਮ ਕਰ ਰਿਹਾ? ਮੈਂ ਇੱਕ ਤੁਹਾਡੇ ਕੋਲ ਇੱਕ ਰਿਪੋਰਟ ਦੱਸ ਦਿੰਦਾ, 2 ਹਫ਼ਤੇ ਪਹਿਲੇ ਦੀ ਇਹ ਰਿਪੋਰਟ ਹੈ। ਵੁਮੈਨਸ ਦੇ ਇੱਕ ਗਰੁੱਪ ਨੇ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ, ਪ੍ਰਾਈਮ ਮਿਨਿਸਟਰ ਮੋਦੀ ਨੂੰ ਇੱਕ ਲੈਟਰ ਲਿਖੀ। ਉਹ ਕਹਿੰਦਾ ਕਿ ਜਿਹੜਾ ਫੇਅਰ ਆਫ ਰੇਪ ਹੈ ਐਜ਼ ਅ ਕੈਂਪੇਨ ਕੈਂਪੇਨ ਮੈਥਡ ਯੂਜ਼ ਕੀਤਾ ਜਾ ਰਿਹਾ। ਉਹ ਇਹ ਕਹਿ ਰਹੇ ਸਨ ਵੀ ਜਿਹੜੇ ਸ਼ਹੀਨ ਬਾਗ ਦੇ ਵਿੱਚ ਤੇ ਹੋਰ ਜਗਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ, ਬੀਜੇਪੀ MP ਉਹਨਾਂ ਨੂੰ ਖੁੱਲ੍ਹੇਆਮ ਧਮਕਾ ਰਹੇ ਸਨ, ਰੇਪ ਦੀਆਂ ਧਮਕੀਆਂ ਦੇ ਰਹੇ ਸਨ ਉਹਨਾਂ ਬੀਬੀਆਂ ਨੂੰ ਜਿਹੜੀਆਂ ਕਿ ਸਰਕਾਰ ਦੇ ਖਿਲਾਫ਼ ਜਿਹੜੀਆਂ ਨੇ ਉਹ ਆਪਣੀ ਆਵਾਜ਼ ਉਠਾ ਰਹੀਆਂ ਸਨ। ਤੁਸੀਂ ਗੱਲ ਕੀਤੀ ਹੈ ਕੋਰਟ ਦੀ, ਕੋਰਟ ਨੇ ਹਾਈਕੋਰਟ ਦੇ ਇਹੋ ਪਿੱਛੇ ਜਿੰਨੇ ਵੀ ਬੀਜੇਪੀ ਦੇ ਖਿਲਾਫ਼ PIL ਵਗੈਰਾ ਜਿੰਨੇ ਵੀ ਦਰਜ ਹੋਈਆਂ ਸਨ ਜਾਂ FIR ਦਰਜ ਹੋਈਆਂ ਸਨ, ਉਹ ਕੇਸ ਨੂੰ ਪ੍ਰੋਗਰੈਸ ਹੀ ਨਹੀਂ ਕੀਤਾ ਜਾ ਰਿਹਾ। ਇਹ ਜਿੰਨੀਆਂ ਮੈਂ ਤੁਹਾਨੂੰ ਹੇਟ ਸਪੀਚਸ ਦੱਸੀਆਂ ਨੇ ਸਾਰਿਆਂ ਦੀਆਂ, ਇਹਨਾਂ ਦੇ ਖਿਲਾਫ਼ ਵੀ ਇੰਡੀਅਨ ਕੋਰਟ ਦੇ ਵਿੱਚ ਇੱਕ ਜਿਹੜੀ ਹੈ ਉਹ ਦਾਇਰ ਕੀਤੀ ਗਈ ਹੈ। ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ, ਇਹਦੇ ਵਿੱਚ ਇਹ ਪੁਖਤਾ ਸਬੂਤ ਹੈਗਾ ਕਿ ਜਿਹੜਾ ਦਿੱਲੀ ਪੁਲਿਸ ਹੈ, ਇੱਕ ਜਸਟਿਸ ਐਸ ਮੁਰਲੀਧਰਨ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਨਾ, ਉਹ ਦਿੱਲੀ ਕੋਰਟ 'ਚ ਹਾਈ ਜੱਜ ਸਨ। ਉਹ ਓਪਨਲੀ ਉਹਨਾਂ ਨੇ ਕੰਡੈਮ ਕੀਤਾ ਕਿ ਇਹ ਜਿਹੜੇ ਐਕਸ਼ਨ ਨੇ ਪੁਲਿਸ ਤੇ ਗਵਰਨਮੈਂਟ ਦੁਆਰਾ ਲਿੱਤੇ ਗਏ ਇਹ ਠੀਕ ਨਹੀਂ ਹੈਗੇ, ਤੇ ਥਰਸਡੇ ਮਾਰਨਿੰਗ ਉਹਨਾਂ ਨੂੰ ਕਿਸੇ ਹੋਰ ਕੋਰਟ 'ਚ ਟ੍ਰਾਂਸਫਰ ਕਰ ਦਿੱਤਾ ਜਾਂਦਾ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਹੁਣ ਅੱਜ ਸਾਡੇ ਸਾਹਮਣੇ ਇੱਕ ਖੁੱਲਾ ਚੈਲੰਜ ਹੈ ਕਿ ਉੱਥੇ ਨਾ ਤਾਂ ਲਾਅ ਐਂਡ ਆਰਡਰ ਕੰਮ ਕਰ ਰਿਹਾ ਹੈ, ਨਾ ਉੱਥੇ ਜੁਡੀਸ਼ਰੀ ਕੰਮ ਕਰ ਰਹੀ ਹੈ, ਨਾ ਉੱਥੇ ਨਿਆਂਪਾਲਿਕਾ ਜਿਹੜੀ ਹੈ ਕੋਈ ਕੰਮ ਕਰ ਰਹੀ ਹੈ, ਨਾ ਹੀ ਉੱਥੇ ਕੋਈ ਗਵਰਨਮੈਂਟ ਸੁਹਿਰਦ ਹੈ, ਤੇ ਨਾ ਹੀ ਉੱਥੇ ਜਿਹੜੀਆਂ ਆਪੋਜੀਸ਼ਨ ਗਵਰਨਮੈਂਟਸ ਨੇ ਆਮ ਆਦਮੀ ਪਾਰਟੀ ਵਰਗੀਆਂ ਜਾਂ ਕਾਂਗਰਸ ਵਰਗੀਆਂ, ਉਹ ਵੀ ਖੁੱਲ੍ਹੇਆਮ ਜਿਹੜਾ ਬੋਲ ਨਹੀਂ ਰਹੀਆਂ। ਸੋ ਬੇਸਿਕਲੀ ਇਸ ਵੇਲੇ ਜੱਜ ਵੀ ਉਹ ਨੇ, ਵਕੀਲ ਵੀ ਉਹ ਨੇ, ਫੈਸਲਾ ਵੀ ਉਹਨਾਂ ਦਾ ਮਨ ਭਾਉਂਦਾ ਸੁਣਾਇਆ ਜਾਏਗਾ। ਕੋਈ ਕੁਛ ਨਹੀਂ ਹੋਣਾ ਜਿੱਥੇ ਸਾਨੂੰ 84 ਦਾ ਅੱਜ ਤੱਕ ਇਲਜ਼ਾਮ ਨਹੀਂ ਮਿਲਿਆ, ਇਨਸਾਫ਼ ਨਹੀਂ ਮਿਲਿਆ। 10,000 ਬੰਦੇ ਕਤਲ ਕਰ ਦਿੱਤੇ ਗਏ ਪੂਰੇ ਹਿੰਦੁਸਤਾਨ ਦੇ ਵਿੱਚ, ਤੇ ਅੱਜ ਵੀ ਕੋਈ ਇਨਸਾਫ਼ ਨਹੀਂ ਮਿਲਣਾ, ਇਹ ਦੇਖ ਲਿਆ ਜਾਵੇ, ਪਰਖ ਲਿਆ ਜਾਵੇ। ਇਹ ਭਾਰਤ ਦੇ ਵਿੱਚ ਮਤਲਬ ਸ਼ਾਇਦ ਉਹਨਾਂ ਮੁਸਲਮਾਨ ਪਾਕਿਸਤਾਨ 'ਚ ਨਾ ਹੋਵੇ ਜਿੰਨਾ ਭਾਰਤ ਦੇ ਵਿੱਚ ਆ, ਤੇ ਚਲੋ ਫੇਰ ਵੀ ਉਹਨਾਂ ਨੂੰ ਆਪਾਂ ਕਹਿੰਦੇ ਮਿਨੋਰਿਟੀ ਦੇ ਵਿੱਚ ਗਿਣਿਆ ਜਾਂਦਾ, ਜਾਂ ਸਿੱਖਾਂ ਨੂੰ ਮਿਨੋਰਿਟੀ 'ਚ ਗਿਣਿਆ ਜਾਂਦਾ, ਹੋਰ ਬਹੁਤ ਫਿਰਕੇ ਆ ਜਿਹਨਾਂ ਨੂੰ ਮਿਨੋਰਿਟੀ ਦੇ ਵਿੱਚ ਹੀ ਗਿਣਿਆ ਜਾਂਦਾ, ਤੇ ਇਹ ਮਤਲਬ ਆਪਾਂ ਇਹ ਤਾਂ ਕਹਿੰਦੇ ਹਾਂ ਵੀ ਸਾਡੇ ਨਾਲ ਵਿਤਕਰਾ ਹੁੰਦਾ, ਵਿਤਕਰਾ ਹੁੰਦਾ ਜਦੋਂ ਸਿੱਖਾਂ ਨਾਲ ਹੁੰਦਾ, ਸਿੱਖ ਚਲੋ ਗੁਰੂ ਦੇ ਸਿਧਾਂਤ ਨੂੰ ਲੈ ਕੇ ਜਿੱਥੇ ਕਿਸੇ ਨਾਲ ਵੀ ਹੋਵੇ ਜਾ ਕੇ ਖੜਦੇ ਆ, ਇਹਨੂੰ ਦੁਨੀਆਂ ਦੇ ਵਿੱਚ ਦੇਖਿਆ ਜਾ ਸਕਦਾ, ਪਰ ਜਦੋਂ ਸਿੱਖਾਂ ਨਾਲ ਹੁੰਦਾ ਉਦੋਂ ਬਹੁਤ ਘੱਟ ਲੋਕ ਦੇਖੇ ਜਾਂਦੇ ਆ ਕਿ ਇਹਨਾਂ ਦੇ ਨਾਲ ਕੋਈ ਖੜਦਾ ਹੈ। ਬਿਲਕੁਲ ਜੀ, ਇਹ ਬਦਕਿਸਮਤੀ ਹੈ ਕਿ ਅਸੀਂ ਸਾਰਿਆਂ ਲਈ ਖੜੇ ਪਰ ਸਾਡੇ ਲਈ ਕੋਈ ਨਹੀਂ ਖੜਦਾ। ਸੋ ਕੋਈ ਗੱਲ ਨਹੀਂ, ਇਹ ਵੀ ਮਨਜ਼ੂਰ ਹੈ। ਅਸੀਂ ਇੱਕ ਗੱਲ ਹੈ ਨਾ ਕਿ ਅਛਾਈ ਦੀ ਕੀਮਤ, ਮੇਰਾ ਸਵਾਲ ਮਨਪ੍ਰੀਤ ਇਹ ਆਉਂਦਾ ਸੀ ਵੀ ਜਦੋਂ ਦੇਖੋ ਘੱਟ ਗਿਣਤੀਆਂ ਨੂੰ ਖਤਰਾ ਤੇ ਬੰਦਾ ਕੋਸ਼ਿਸ਼ ਕਰਦਾ ਵੀ ਜਿਹੜੀਆਂ ਜਿੰਨੀਆਂ ਹੈਗੀਆਂ ਜਿਹਨਾਂ ਸਾਰਿਆਂ ਨਾਲ ਹੁੰਦਾ ਵਿਤਕਰਾ ਵੀ ਸਾਰੇ ਇੱਥੇ ਇਕੱਠੇ ਹੋ ਕੇ ਕੋਈ ਸਾਂਝਾ ਹਮਲਾ ਮਾਰਨ, ਹੈ ਨਾ, ਪਰ ਇਕੱਲੇ ਇਕੱਲੇ ਕਾਊਂਟਰ ਤੇ ਜ਼ਰੂਰ ਖਾਈ ਜਾਂਦੇ ਆ, ਪਰ ਬੋਲਦੇ ਸਿੱਖ ਤਾਂ ਹਰੇਕ ਥਾਂ, ਭਾਵੇਂ ਕਸ਼ਮੀਰ 'ਚ ਕੋਈ ਗੱਲ 370 ਦੀ ਹੋਵੇ, ਚਾਹੇ ਹੁਣ ਦੀ ਆ, ਚਾਹੇ ਤੋਂ ਪਹਿਲਾਂ ਵੀ ਹੋਈ ਆ, ਚਾਹੇ ਹਿੰਦੂਆਂ ਦਾ ਵੀ ਹੋਵੇ, ਤੇ ਉਦੋਂ ਵੀ ਜਿੱਦਾਂ ਖੜਦੇ ਆ ਵਿਦੇਸ਼ਾਂ ਦੇ ਵਿੱਚ। ਅਸੀਂ ਬਹੁਤ ਜਿੱਦਾਂ ਤੁਸੀਂ ਸੰਘਰਸ਼ ਕਰਦੇ ਹਾਂ ਜਾਂ ਆਪਣੇ ਸਿੱਖਿਆ ਬਹੁਤ ਸੰਘਰਸ਼ ਕਰਦੇ ਹਾਂ, ਪਰ ਉੱਥੇ ਤੇ ਚਲੋ ਆ ਥੋੜੇ ਚਿਰਾਂ ਤੋਂ ਕਸ਼ਮੀਰੀ ਜਿਹੜੇ ਆ ਤੁਹਾਡੇ ਨਾਲ ਰਲ ਕੇ ਜਥੇਬੰਦੀਆਂ ਨਾਲ ਕੋਈ ਨਾ ਕੋਈ ਮੁਜ਼ਾਹਰਾ ਕਰਦੇ ਆ, ਪਰ ਉਹ ਗੱਲ ਤਾਂ ਹੈ ਨੀ ਕਿ ਜਿੱਦਾਂ ਤੁਸੀਂ ਏਕਤਾ ਚਾਹੁੰਦੇ ਆ ਹੋਣੀ ਚਾਹੀਦੀ, ਏਦਾਂ ਘੱਟ ਗਿਣਤੀਆਂ ਦੀ ਕੋਈ ਸਾਂਝੀ ਮੁਹਿੰਮ ਨਹੀਂ ਬਣ ਸਕਦੀ। ਦੇਖੋ ਮੈਂ ਆਪ ਜੀ ਨੂੰ ਇੱਕ ਗੱਲ ਦੱਸਦਾ, ਮੈਂ ਇਹ ਗੱਲ ਆਪਣੇ ਤੋਂ ਨਹੀਂ ਬਣਾ ਰਿਹਾ, ਇਸ ਗੱਲ ਨੂੰ ਯਕੀਨ ਮੰਨਿਓ।
मैं बर्मिंगम दे विच एक बारी एक मस्जिद दे विच पिछे जदों कश्मीर दा मसला होया ठीक है उहनां ने सानू सिखां नूं वी इनवाइट कीता सी पैलेस्टीनियंस नूं वी कीता सी होर बथेरे लोग उत्थे मौजूद सीगे ਉੱਥੇ ਮੈਨੂੰ ਤੁਸੀਂ ਯਕੀਨ ਮੰਨੋਗੇ ਉਦੋਂ ਤਨਮਨਜੀਤ ਸਿੰਘ ਢੇਸੀ ਦੀ ਇੱਕ ਜਿਹੜਾ ਬਿਆਨ ਆਇਆ ਸੀਗਾ ਜੇ ਤੁਹਾਨੂੰ ਯਾਦ ਉਹ ਆਇਆ ਹੋਇਆ ਸੀ ਹਨਾ ਤੇ ਉਹ ਸਾਨੂੰ ਵੀ ਦੇਖਦੇ ਸੀ ਸਾਡੇ ਮੁਸਲਮਾਨ ਭਰਾ ਵੀ ਹਰ ਥਾਂ ਸਾਡੇ ਨਾਲ ਖੜ ਰਹੇ ਨੇ ਮੈਨੂੰ ਇੱਕ ਮੁਸਲਮਾਨ ਇਮਾਮ ਮਿਲਿਆ ਜੀ ਬਰਮਿੰਗਮ ਦੇ ਵਿੱਚ ਤੇ ਮੈਨੂੰ ਉਹਨੇ ਓਨੈਸਟਲੀ ਮੈਂ ਤੁਹਾਨੂੰ ਦੱਸ ਰਿਹਾ ਸੱਚਾਈ ਇਨ ਬਿਨ ਉਹਨੇ ਮੈਨੂੰ ਇੱਕ ਤਰੀਕੇ ਦਾ ਮੇਰਾ ਮੈਨੂੰ ਉਹਨੇ ਮੈਨੂੰ ਜੱਫੀ ਪਾ ਕੇ ਬਹੁਤ ਰੋਇਆ ਔਰ ਉਹ ਮੈਨੂੰ ਕਹਿੰਦਾ ਕਹਿੰਦਾ ਸਰਦਾਰ ਜੀ ਤੁਹਾਨੂੰ ਇੱਕ ਗੱਲ ਭਾਵੇਂ ਇਮੋਸ਼ਨਲ ਗੱਲ ਹੈ ਪਰ ਇਟ ਮੀਨਸ ਅ ਲੋਟ ਉਹਨੇ ਮੈਨੂੰ ਕਿਹਾ ਕਿ ਤੁਹਾਨੂੰ ਪਤਾ ਅੱਜ ਸਾਡੇ ਨਾਲ ਕਸ਼ਮੀਰ 'ਚ ਇੱਦਾਂ ਕਿਉਂ ਹੋ ਰਿਹਾ ਅੱਜ ਸਾਡੇ ਨਾਲ ਥਾਂ ਤੇ ਇੱਦਾਂ ਕਿਉਂ ਹੋ ਰਿਹਾ ਕਹਿੰਦਾ ਕਿਉਂਕਿ ਸ਼ਾਇਦ ਅਸੀਂ 1984 ਤੁਹਾਡੇ ਹੱਕ 'ਚ ਨਾਰਾ ਨਹੀਂ ਲਾਇਆ ਜੋ ਸਾਨੂੰ ਲਾਉਣਾ ਚਾਹੀਦਾ ਸੀ ਕਹਿੰਦਾ ਤੁਸੀਂ ਸਾਨੂੰ ਉਹਦੇ ਲਈ ਮਾਫ਼ ਕਰ ਦਿਓ ਤੇ ਅਸੀਂ ਦਿਲ ਬੜੇ ਖੁਸ਼ ਹਾਂ ਵੀ ਤੁਸੀਂ ਸਾਡੇ ਨਾਲ ਹਮਸਾਇਆ ਬਣ ਕੇ ਸਾਨੂੰ ਉਹ ਕਰ ਰਹੇ ਹੋ ਸਾਡੀਆਂ ਬੱਚੀਆਂ ਨੂੰ ਬਚਾ ਰਹੇ ਹੋ ਇਹ ਬਗੀਚਾ ਸਿੰਘ ਜੀ ਜਾਣਦੇ ਨੇ ਆਪ ਗਏ ਸਨ ਹੱਤੀ ਉਹਨਾਂ ਬੱਚੀਆਂ ਸੇਫ ਘਰ ਪਹੁੰਚਾਇਆ ਦਿੱਲੀਓਂ ਕਿਸ ਤਰੀਕੇ ਦੇ ਨਾਲ ਕਸ਼ਮੀਰ ਵਾਪਸ ਪਹੁੰਚਾਇਆ ਜਦੋਂ ਇਹਨਾਂ ਨੇ ਸਾਰਾ ਕੁਛ ਕੱਟ ਡਾਊਨ ਸ਼ਟ ਡਾਊਨ ਕਰ ਦਿੱਤਾ ਸੀ ਦੇਖੋ ਗੱਲ ਇਹ ਹੈ ਕਿ ਜਿਹੜਾ ਸਿੱਖ ਹੈ ਨਾ ਇਹਨੇ ਇਹਨੇ ਚੰਗਾ ਕੰਮ ਕਰਨੋਂ ਨਹੀਂ ਹਟਣਾ ਦੇਖੋ ਅੱਜ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਕੇਵਲ ਜੇ ਤੁਸੀਂ ਸਾਰੇ ਜਾਣਦੇ ਹੋ ਨਿਰਭਿਆ ਰੇਪ ਕੇਸ ਹੈਗਾ ਜਿਹੜਾ ਸਾਰਿਆਂ ਦੇ ਸਾਡੇ ਸਾਰਿਆਂ ਦੇ ਸਾਂਝੇ ਨੇ ਜਦੋਂ ਕੋਈ ਉੱਥੇ ਜਿਹੜੇ ਇਹਨਾਂ ਦੇ ਸ਼ਾਸਨ ਕਾਲ ਦੇ ਅਧੀਨ ਜਦੋਂ ਕਿਸੇ ਹਿੰਦੂ ਔਰਤ ਦੀ ਵਿਪਤੀ ਹੁੰਦੀ ਹੈ ਜਾਂ ਕਿਸੇ ਗਰੀਬ ਦਾ ਕੋਈ ਨੁਕਸਾਨ ਹੁੰਦਾ ਸਾਨੂੰ ਉਦੋਂ ਵੀ ਉਨਾ ਹੀ ਦੁੱਖ ਹੁੰਦਾ ਐਜ਼ ਅ ਸਿੱਖ ਅਸੀਂ ਆਪਣੀ ਪ੍ਰਤੀਤ ਨਹੀਂ ਛੱਡ ਸਕਦੇ ਚਾਹੇ ਸਾਡੇ ਨਾਲ ਕੋਈ ਕੁਛ ਹੋਇਆ ਸੋ ਇਹ ਗੱਲ ਜਿਹੜੀ ਹੈ ਜਿਹੜਾ ਸਾਡਾ ਮੈਸੇਜ ਹੈ ਉਹ ਕਲੀਅਰ ਕੱਟ ਹੈ ਜਸਟਿਸ ਦਾ ਸਾਡਾ ਮੈਸੇਜ ਹੈ ਔਰ ਜਿਹੜੇ ਗਲਤ ਕਰ ਰਹੇ ਨੇ ਉਹਨਾਂ ਦੇ ਖਿਲਾਫ ਅਸੀਂ ਬਲਾਈਂਡ ਆਈ ਟਰਨ ਨਹੀਂ ਕਰ ਸਕਦੇ ਜਦੋਂ ਵੀ ਤੁਹਾਨੂੰ ਸਮਾਂ ਲੱਗੇ ਤੁਸੀਂ ਆਪ ਵਾਲਿਆਂ ਨੂੰ ਇੱਥੇ ਲੈ ਕੇ ਆਓ ਤੁਸੀਂ ਬੀਜੇਪੀ ਵਾਲਿਆਂ ਨੂੰ ਵੀ ਲੈ ਕੇ ਆਓ ਲੈਟਸ ਹੈਵ ਅ ਕੰਸਟਰਕਟਿਵ ਡਿਬੇਟ ਤਾਂ ਅਸੀਂ ਉਹਨਾਂ ਨੂੰ ਦੱਸੀਏ ਕਿ ਤੁਸੀਂ ਕੀ ਤੁਹਾਡੇ ਅੰਦਰ ਦੀ ਇਨਸਾਨੀਅਤ ਜਿਹੜੀ ਉਹ ਮਰ ਚੁੱਕੀ ਹੈ ਕੀ ਅਸੀਂ ਆਪਣੇ ਫਾਇਦਿਆਂ ਦੇ ਅਧੀਨ ਇੰਨੇ ਲਿਪਤ ਹੋ ਚੁੱਕੇ ਹਾਂ ਕਿ ਅਸੀਂ ਸੱਚ ਬੋਲਣ ਤੋਂ ਜਿਹੜੇ ਆ ਇਨਕਾਰੀ ਹਾਂ ਤੇ ਲੋਕ ਕਿਵੇਂ ਤੁਰਨਗੇ ਮੈਂ ਅੱਜ ਇੱਕ ਗੱਲ ਜ਼ਰੂਰ ਕਹਿਣਾ ਪਾਕਿਸਤਾਨ ਵਿੱਚ ਬੈਠੀਆਂ ਬਜ਼ੁਰਗ ਬੀਬੀਆਂ ਅੱਜ ਵੀ ਕਹਿੰਦੀਆਂ ਨੇ ਕਿ ਸਾਨੂੰ ਸਾਡੇ ਦਾਦੇ ਦਾਦਿਆਂ ਨੇ ਕਹਾਣੀਆਂ ਸੁਣਾਈਆਂ ਸਨ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਕਿਸੇ ਔਰਤ ਦੀ ਕੋਈ ਵਿਪਤੀ ਨਹੀਂ ਸੀ ਹੋਈ ਜਦੋਂ ਜਦੋਂ ਉਹਨਾਂ ਦਾ ਰਾਜ ਸੀਗਾ ਕਦੀ ਕਿਸੇ ਗਰੀਬ ਨਾਲ ਬੇਇਨਸਾਫੀ ਨਹੀਂ ਸੀ ਹੋਈ ਜਿੰਨਾ ਸੋਨਾ ਸਿੱਖਾਂ ਤੇ ਲੱਗਿਆ ਉਨਾ ਹੀ ਹਿੰਦੂਆਂ ਤੇ ਲੱਗਿਆ ਭਾਈ ਮਨਪ੍ਰੀਤ ਸਿੰਘ ਜੀ ਬਗੀਚਾ ਸਿੰਘ ਜੀ ਲੈਣ ਤੇ ਆਪਣੇ ਤੋਂ ਦਿੱਲੀ ਤੋਂ ਲੜੀਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਜੀ ਹਾਂਜੀ ਮੇਰਾ ਖਿਆਲ ਹਾਲੇ ਵੀ ਪੀਂਦੀ ਆ ਕਹਿੰਦੇ ਹਾਂਜੀ ਚਲੋ ਜੀ ਮਨਪ੍ਰੀਤ ਸਿੰਘ ਜੀ ਕਰੋ ਜੀ ਜੀ ਨਹੀਂ ਬਿਲਕੁਲ ਮਤਲਬ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਤੂੰ ਸਮਰਾਈਜ਼ ਐਵਰੀਥਿੰਗ ਕਿ ਜਿਹੜੀ ਇਹ ਇੱਕ ਜਿਹੜੀ ਸੱਚਾਈ ਹੈ ਇਹ ਲੁਕ ਨਹੀਂ ਸਕਦੀ ਇਹ ਜੱਗ ਜ਼ਾਹਿਰ ਹੋ ਚੁੱਕੀ ਹੈ ਮੈਂ ਆਪ ਜੀ ਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਪਿਛਲੇ ਮਹੀਨੇ 28 ਯੂਰੋਪੀਅਨ MPs ਤੇ ਜਿਹੜੇ ਹੋਰ ਦੇਸ਼ਾਂ ਦੇ MPs ਸਨ ਉਹਨਾਂ ਦਾ ਇੱਕ ਟੂਰ ਬੁਲਾਇਆ ਗਿਆ ਸੀ ਇੰਡੀਆ ਦੇ ਵਿੱਚ ਇਹ ਦੱਸਣ ਵਾਸਤੇ ਕਿ ਕਸ਼ਮੀਰ 'ਚ ਹੁਣ ਸਭ ਕੁਛ ਨੋਰਮਲ ਹੈ ਇਹ ਮੇਰਾ ਬਿਆਨ ਨਹੀਂ ਉਸ ਬੰਦੇ ਦਾ ਖੁਦ ਦਾ ਬਿਆਨ ਹੈ ਕਹਿੰਦਾ ਹਾਂ ਸਭ ਕੁਛ ਨੋਰਮਲ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਸਾਨੂੰ ਆਪਣੀ ਗੱਡੀ ਦਾ ਦਰਵਾਜ਼ਾ ਖੋਲ ਕੇ ਬਾਹਰ ਜਾਣ ਦੀ ਵੀ ਇਜਾਜ਼ਤ ਨਹੀਂ ਸੀ ਸੋ ਤੁਸੀਂ ਕਲੀਅਰ ਕੱਟ ਇਹਦੇ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਆਪਣੇ ਜਿਹੜੇ ਪਾਪ ਕੀਤੇ ਹੋਏ ਨੇ ਉਹਨਾਂ ਨੂੰ ਲੁਕਾਉਣ ਦੀ ਪਹਿਚਾਣ ਦੀ ਕੋਸ਼ਿਸ਼ ਕਰ ਰਹੀ ਹੈ ਸਿਰਫ ਇਸ ਖਾਤਰ ਕਿ ਰਾਜ ਕਾਇਮ ਰਹੇ ਤੇ ਇਹ ਪਰ ਇਹ ਜਿੱਦਾਂ ਚਲੋ ਆਪਾਂ ਐਜ ਏ ਚਲੋ ਆਪਣੇ ਜਿਹੜੇ ਸਿੱਖਾਂ ਦੀ ਮੂਵਮੈਂਟ ਹੈ ਜਾਂ ਜਿਹੜੀ ਮੂਵਮੈਂਟ ਤੁਸੀਂ ਲੜ ਰਹੇ ਹੋ ਵੱਖਰਾ ਇਸ਼ੂ ਆ ਇਹ ਕਰਕੇ ਜਿਹੜੇ ਇਹ ਸਿਆਸਤਦਾਨ ਆ ਜਾਂ ਕਾਂਗਰਸ ਪਾਰਟੀ ਆ ਚਾਹੇ BJP ਆ ਜਾਂ ਆਪਾਂ ਇਹ ਦੇਸ਼ ਨੂੰ ਜਿੱਦਾਂ ਅੱਜ ਦੇ ਸਮੇਂ ਦੇ ਵਿੱਚ ਉਹ ਜਿੱਦਾਂ ਜੇ ਉਹ ਇੱਦਾਂ ਸੋਚਦੇ ਆ ਵੀ ਇੱਦਾਂ ਹੋ ਜਾਊਗਾ ਬਈ ਸਾਰਾ ਇੱਕ ਹਿੰਦੂ ਮਤਲਬ ਸਟੇਟ ਬਣ ਜਾਊਗੀ ਇਹ ਪੋਸੀਬਲ ਹੈ ਦੇਖੋ ਇਸ ਵੇਲੇ ਇੱਕ ਗੱਲ ਤਾਂ ਜ਼ਰੂਰ ਹੈ ਕਿ ਜਿੰਨਾ ਉਹਨਾਂ ਦਾ ਜ਼ੋਰ ਹੈ ਉਹ ਐਥਨਿਕ ਕਲਿਨਜ਼ਿੰਗ ਦੇ ਰਾਹ ਤੇ ਤੁਰ ਰਹੇ ਨੇ ਮੈਂ ਆਪ ਜੀ ਨੂੰ ਹਿਟਲਰ ਦਾ ਜਿਹੜੇ ਆਡੀਅੰਸ ਹੈ ਜੇ ਉਹ ਉਹਨਾਂ ਨੇ ਵਰਲਡ ਵਾਰ 2 ਤੇ ਰਿਸਰਚ ਕੀਤੀ ਹੋਏ ਤੇ ਹਿਟਲਰ ਦਾ ਜਿਹੜਾ ਪੈਟਰਨ ਸੀਗਾ ਤੇ ਜਿਹੜਾ ਮੋਦੀ ਦਾ ਪੈਟਰਨ ਹੈ ਉਹ ਕਾਫੀ ਸਿਮਿਲਰ ਹੈ ਕਿਸ ਤਰੀਕੇ ਦੇ ਨਾਲ
ਅੱਜ ਡਿਟੈਂਸ਼ਨ ਸੈਂਟਰਸ ਖੋਲੇ ਗਏ ਨੇ ਨਾਰਥ ਈਸਟਰਨ ਸਟੇਟ ਦੇ ਵਿੱਚ, ਕਿੱਦਾਂ ਉਹਦੇ ਵਿੱਚ ਨੌਨ ਜਿਹੜੇ ਮੈਜੋਰਿਟੀ ਨੇ, ਨੌਨ ਹਿੰਦੂ ਨੇ, ਉਹਨਾਂ ਨੂੰ ਡਿਟੈਂਸ਼ਨ ਸੈਂਟਰਸ ਰੱਖਿਆ ਜਾ ਰਿਹਾ। ਕਿਸ ਤਰੀਕੇ ਨਾਲ ਇਹ ਮੌਬ ਲਿੰਚਿੰਗ ਕਰਕੇ ਦਿੱਲੀ ਦੇ ਵਿੱਚ, ਜੋ ਦਿੱਲੀ ਵਿੱਚ ਜੋ ਇਹਨਾਂ ਨੇ ਕਰਕੇ ਦਿਖਾਇਆ, ਮੈਂ ਇੱਕ ਗੱਲ ਦੀ ਵਾਰਨਿੰਗ ਕਰਨਾ, ਨੋਟ ਟੂ ਬੀ ਪੈਸੀਮਿਸਟਿਕ, ਇਹ ਸਿਰਫ ਇੱਕ ਟ੍ਰੇਲਰ ਹੈ। ਇਸ ਟ੍ਰੇਲਰ ਦੀ ਪਿਕਚਰ ਕਦੀ ਵੀ ਸਾਨੂੰ ਦਿਖਾਈ ਜਾ ਸਕਦੀ, ਔਰ ਇਹ ਅੱਜ ਤੋਂ ਨਹੀਂ ਗੱਲ ਅਸੀਂ ਕਰ ਰਹੇ, ਪਿਛਲੇ ਤੁਸੀਂ 6-7 ਮਹੀਨਿਆਂ ਤੋਂ ਦਾਸ ਦੇ ਕੋਈ ਵੀ ਇੰਟਰਵਿਊ, ਚਾਹੇ ਉਹ ਵਰਲਡ ਵਾਈਡ ਮੀਡੀਆ ਤੇ ਸੀਗੇ, ਇੰਗਲਿਸ਼ ਦੇ ਵਿੱਚ ਸੀਗੇ, ਜਿੱਥੇ ਵੀ ਸੀ, ਅਸੀਂ ਬਾਰ ਬਾਰ ਇਹ ਗੱਲ ਕੀਤੀ ਕਿ ਇੱਕ ਨਵਾਂ ਜੈਨੋਸਾਈਡ ਦਸਤਕ ਦੇ ਰਿਹਾ ਹੈ, ਕਿ ਵੈਸਟ ਤੇ ਫੋਰਨ ਕੰਟਰੀਆਂ ਦਾ ਜਾਂ ਯੂਨਾਈਟਿਡ ਨੇਸ਼ਨ ਕੀ ਆਪਣੀ ਜ਼ਿੰਮੇਵਾਰੀ ਤੋਂ ਕਦੋਂ ਤੱਕ ਭੱਜਣਗੀਆਂ। ਇਹ ਉਹਨਾਂ ਨੇ ਕਰਕੇ ਦਿਖਾ ਦਿੱਤਾ, ਔਰ ਇਹ ਤਾਂ ਸਿਰਫ ਇੱਕ 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 ਮੈਂ ਜਿਸ ਤਰ੍ਹਾਂ ਕਿਹਾ ਕਿ ਇਹ ਟ੍ਰੇਲਰ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਥੈਂਕਸ ਟੂ ਫੋਰਨ ਮੀਡੀਆ ਤੇ ਸੋਸ਼ਲ ਮੀਡੀਆ, ਐਟਲੀਸਟ ਸਾਨੂੰ ਕੋਈ ਗੱਲ ਬਾਹਰ ਤਾਂ ਪਤਾ ਲੱਗ ਰਹੀ ਹੈ, ਨਹੀਂ ਤਾਂ ਇੰਡੀਆ ਮੀਡੀਆ ਤੇ ਇਹੋ ਜਿਹੀਆਂ ਕੋਈ ਚੀਜ਼ਾਂ ਨਹੀਂ ਦਿਖਾ ਸਕਦਾ। ਮੈਂ ਬਲਕਿ ਹੈਰਾਨ ਹਾਂ ਕਿ ਇਹ ਵੀ ਕਿਹਾ ਗਿਆ ਕਿ ਜਿਹੜੀ ਦਿੱਲੀ ਦੀ ਕੋਰਟ ਹੈ ਉਹ ਮੈਸਿਵਲੀ ਇਸ ਵੇਲੇ ਮੁਸਲਮਾਨਾਂ ਦੇ ਲੀਡਰਾਂ ਦੇ ਉੱਤੇ ਟਾਰਗੇਟ ਕਰ ਰਹੀ ਹੈ ਕਿ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਕਨਵਿਕਟ ਕੀਤਾ ਜਾਏ, ਨਾ ਕਿ ਉਹਨਾਂ ਦੀ ਸੋਈ ਜਿਹੜੀ ਹੈ ਉਹ ਜਿਹੜੀ ਹੈ ਹਿੰਦੂ ਲੀਡਰਸ ਤੇ ਹੈ ਜਿਨ੍ਹਾਂ ਨੇ ਵਾਇਲੈਂਸ ਸਾਰੀ ਇਨਸਾਈਟ ਕੀਤੀ। ਬੜੀ ਅਫਸੋਸ ਦੀ ਗੱਲ ਹੈ। ਔਰ ਅੱਜ ਜੇ ਮੈਂ ਇੱਕ ਗੱਲ ਦਾ ਦਾਅਵਾ ਕਰਨਾ, ਤੁਸੀਂ ਸਾਰੇ ਜਿੰਨੀ ਬਿਊਰੋਕਰੇਸੀ ਹੈ ਇੰਡੀਆ ਦੇ ਵਿੱਚ, ਜਿੰਨੀ ਜੁਡੀਸ਼ਰੀ ਹੈ, ਮੇਰੇ ਹਿਸਾਬ ਨਾਲ ਤਾਂ ਇੱਕ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹਨਾਂ ਚੋਂ ਜੇ ਮੈਂ ਗਲਤ ਨਾ ਹੋਵਾਂ, 50-60-70% ਤੋਂ ਵੱਧ ਲੋਕਾਂ ਦਾ ਤਲਕ ਜਾਂ ਤਾਂ RSS ਦੀਆਂ ਸ਼ਾਖਾਵਾਂ ਦੇ ਨਾਲ ਨਿਕਲੇਗਾ, ਜਾਂ ਇਨਡਾਇਰੈਕਟਲੀ ਕਿਤੇ ਨਾ ਕਿਤੇ ਇਹਨਾਂ ਦਾ ਲਿੰਕ ਜਿਹੜਾ RSS BJP ਦੇ ਨਾਲ ਨਿਕਲੇਗਾ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਆ, ਜੇ ਅਸੀਂ ਸਾਰੇ ਜਾਣਦੇ ਹਾਂ, ਜੇ ਤੁਸੀਂ ਭਾਰਤ ਵਿੱਚ ਜਾਣਾ ਕਿਸੇ ਵੀ ਮੰਤਰੀ ਨੂੰ ਮਿਲਣਾ, ਚਾਹੇ ਉਹ ਕਾਂਗਰਸ ਦਾ ਹੀ ਮੰਤਰੀ ਨਾ ਹੋਵੇ, ਤੁਹਾਡੀ ਸਕਰੀਨਿੰਗ BJP ਵਾਲੇ ਕਰਦੇ ਨੇ, ਤੁਹਾਡੀ ਸਕਰੀਨਿੰਗ RSS ਵਾਲੇ ਕਰਦੇ ਨੇ, ਫਿਰ ਤੁਸੀਂ ਜਾ ਕੇ ਉਹਨਾਂ ਨੂੰ ਮਿਲ ਸਕਦੇ ਹੋ। ਅੱਜ ਪੂਰੀ ਇੰਟੈਲੀਜੈਂਸ, ਪੂਰੀ ਬਿਊਰੋਕਰੇਸੀ, ਪੂਰੀ ਜੁਡੀਸ਼ਰੀ, ਪੂਰਾ ਲਾਅ ਐਂਡ ਆਰਡਰ, ਸਾਰਾ ਕੁਛ RSS ਇਨਗਲਫ ਕਰ ਗਈ ਹੈ। ਕੋਈ ਮੈਨੂੰ ਇਸ ਗੱਲ ਤੇ ਸ਼ੱਕ ਨਹੀਂ ਹੈ ਕਿ ਜੇ ਉਹਨਾਂ ਨੂੰ ਇਹ 18% ਜਾਂ 2% ਸਿੱਖ ਕਿਸੇ ਵੀ ਵੇਲੇ ਇਲੀਮੀਨੇਟ ਕਰਨ ਦੀ ਲੋੜ ਪਈ, ਤੇ ਇਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਜਿਸ ਤਰ੍ਹਾਂ ਕਹਿੰਦੇ ਨੇ ਕਿ ਹਰ ਇੱਕ ਕੋਲ ਆਪਣਾ ਆਪਣਾ ਪਲਾਨ ਹੁੰਦਾ, ਪਰ ਪਰਮਾਤਮਾ ਦਾ ਪਲਾਨ ਜਿਹੜਾ ਉਹ ਸਭ ਤੋਂ ਉੱਤੇ ਹੁੰਦਾ। ਜਿਹੜੀ ਸਿੱਖ ਕੌਮ ਹੈ, ਇਹਨਾਂ ਨੂੰ ਮੁਗਲਾਂ ਨੇ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ, ਪਹਾੜੀ ਰਾਜਿਆਂ ਨੇ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ, ਇਹ ਮਿਟੇ ਨਹੀਂ, ਨਾ ਕੱਲ ਮਿਟੇ ਨਾ ਅੱਜ ਮਿਟਣਗੇ, ਕਿਉਂਕਿ ਸਾਡੇ ਅੰਦਰ ਤਾਤਪੁਰਾਈ ਨਹੀਂ ਹੈਗੀ, ਵੈਰ ਵਿਰੋਧਤਾ ਨਹੀਂ ਹੈਗੀ। ਅੱਜ ਇੰਨਾ ਦਿੱਲੀ ਚ ਹੋਇਆ, ਸਭ ਕੁਛ ਹੋਇਆ, ਅਸੀਂ ਅੱਜ ਵੀ ਫਿਰ ਵੀ ਲੰਗਰ ਲਾਉਂਦੇ ਹਾਂ, ਤੇ ਕਦੀ ਡਿਸਕ੍ਰਿਮੀਨੇਟ ਨਹੀਂ ਕੀਤਾ ਕਿ ਇਹ ਨੌਨ ਸਿੱਖਾਂ ਨੂੰ ਲੰਗਰ ਨਹੀਂ ਦੇਣਾ। ਅਸੀਂ ਆਪਣੇ ਲੀ ਤੇ ਚੱਲ ਰਹੇ ਹਾਂ, ਇਹ ਆਪਣੀ ਲੀ ਤੇ ਚੱਲ ਰਹੇ ਨੇ, ਇਹ ਬਰਬਾਦੀ ਵੱਲ ਵੱਧ ਰਹੇ ਨੇ। ਸਾਡਾ ਦੇਸ਼ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਲਦੀ ਆਜ਼ਾਦ ਹੋਏਗਾ। ਮਨਪ੍ਰੀਤ ਸਿੰਘ ਜੀ, ਜਿੱਦਾਂ ਬਹੁਤ ਲੋਕਾਂ ਨੂੰ ਹੁਣ ਜਿੱਦਾਂ ਇਹ ਘਟਨਾ ਦੁਆਰਾ, ਕਿਉਂਕਿ 84 ਤਾਂ ਹਲੇ ਸਿੱਖਾਂ ਨੂੰ ਭੁੱਲੀ ਨਹੀਂ ਸੀ, ਬਹੁਤ ਲੋਕਾਂ ਨੂੰ ਇਹ ਸ਼ੰਕਾ ਯਾਰ ਕਰ ਰਿਹਾ, ਬਹੁਤ ਨਿਆਣਾ ਮੇਰੀ ਗੱਲਬਾਤ ਦਿੱਲੀ ਚ ਵੀ ਹੋਈ ਆ, ਜਾਂ ਆਮ ਲੋਕਾਂ ਨਾਲ ਜਿਹੜੇ ਮਤਲਬ ਨੋਰਮਲ ਵਿਚਰਦੇ ਜਿਹੜੇ ਸਿੱਖ ਆ ਉਹਨਾਂ ਦੀ ਮੈਂ ਗੱਲ ਕਰਦਾ। ਉਹ ਕਹਿੰਦੇ ਆ ਬਈ ਸਾਨੂੰ ਹੁਣ ਸ਼ੰਕਾ ਆ ਬਈ ਜਿਹੜੇ ਸਿੱਖ ਜਿੱਦਾਂ ਮੁਸਲਮਾਨਾਂ ਦੀ ਮਦਦ ਕੀਤੀ ਆ, ਕਿਉਂਕਿ ਸਿੱਖ ਦਾ ਤਾਂ ਸਿਧਾਂਤ ਹੀ ਆ ਮੁਸਲਮਾਨ ਸਿੱਖ ਹਿੰਦੂ ਜਾਂ ਕੋਈ ਵੀ ਇਹ ਵਿਤਕਰਾ ਨਹੀਂ, ਜਿਹੜਾ ਦੁਖੀ ਆ ਜਾਂ ਜਿਹੜਾ ਮਤਲਬ ਕਿਸੇ ਦਾ ਸਤਾਇਆ ਹੋਇਆ ਉਹਦੀ ਹੈਲਪ ਕਰਦੇ ਹੀ ਆ। ਉਹ ਕਹਿੰਦੇ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ BJP ਜਾਂ ਜਿਹੜੀਆਂ ਹਿੰਦੂ ਧਰਮ ਜਿੱਦਾਂ ਤੁਸੀਂ ਕਹਿੰਦੇ ਆ ਵੀ ਇਹ ਲੋਕ ਇੱਕ ਸਾਂਝੇ ਰੂਪ ਦੇ ਵਿੱਚ ਸਿੱਖਾਂ ਨੂੰ ਫਿਰ ਦੁਬਾਰਾ ਸਬਕ ਸਿਖਾਉਣਗੇ ਦਿੱਲੀ ਦੇ ਵਿੱਚ। ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕਹਿੰਦੇ ਨੇ ਜਦੋਂ ਤੁਸੀਂ ਸੱਚ ਵਾਲੇ ਪਾਸੋਂ ਲੜਦੇ ਹੋ ਤੇ ਝੂਠੇ ਪਾਸੇ ਖੜਾ ਬੰਦਾ ਆਟੋਮੈਟਿਕਲੀ ਤੁਹਾਡਾ ਦੁਸ਼ਮਣ ਬਣ ਜਾਂਦਾ, ਇਹ ਗੱਲ ਜਿਹੜੀ ਇੱਕ ਜਗ ਜ਼ਾਹਿਰ ਗੱਲ ਹੈ। ਮੈਨੂੰ ਪਰ ਫਿਰ ਵੀ ਮੈਨੂੰ ਲੱਗਦਾ ਗੁਰੂ ਸਾਹਿਬ ਸਾਨੂੰ ਇਜਾਜ਼ਤ ਨਹੀਂ ਦਿੰਦੇ ਕਿ ਕਿਸੇ ਵੀ ਅਜਿਹੇ ਗੱਲ ਦੇ ਡਰ ਤੋਂ ਅਸੀਂ ਆਪਣੀ ਇਨਸਾਨੀਅਤ ਭੁੱਲ ਜਾਈਏ, ਅਸੀਂ ਆਪਣੇ ਆਦਰਸ਼ ਭੁੱਲ ਜਾਈਏ, ਅਸੀਂ ਆਪਣੇ ਸਿਧਾਂਤ ਭੁੱਲ ਜਾਈਏ। ਆਦਰਸ਼ ਸਿੱਖ ਨਾ ਭੁੱਲੇ ਤੇ ਜੇ ਕੋਈ ਮਤਲਬ 84 ਦੇ ਵਿੱਚ ਦੇ ਕਹਿੰਦੇ ਸੀ ਜਾਂ ਸੰਤ ਜਰਨੈਲ ਸਾਹਿਬ ਪਿੰਡਾਂ ਵਾਲੇ ਉਹਨਾਂ ਦੇ ਜਿਹੜੇ ਉਪਦੇਸ਼ ਸੀਗੇ ਵੀ ਉਹਨਾਂ ਦੇ ਅਸੀਂ ਪਹਿਰਾ ਨਹੀਂ ਦਿੱਤਾ, ਵੀ ਜੇ ਹੁਣ ਸਮੇਂ ਤੋਂ ਪਹਿਲਾਂ ਜਿੱਦਾਂ ਤੁਹਾਡਾ ਕੀ ਵਿਚਾਰ ਆ ਵਰਲਡ ਸਿੱਖ ਪਾਰਲੀਮੈਂਟ ਦਾ, ਵੀ ਸਮੇਂ ਤੋਂ ਪਹਿਲਾਂ ਜੇ ਕੋਈ ਇਹੋ ਜਿਹੀ ਘਟਨਾ ਵਾਪਰਨ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਸਿੱਖਾਂ ਨੂੰ, ਖਾਸ ਤੌਰ 'ਤੇ ਦਿੱਲੀ ਦੇ ਸਿੱਖਾਂ ਦੀ ਮੈਂ ਗੱਲ ਕਰਦਾ? ਦੇਖੋ ਜੇ ਮੈਂ ਇੱਥੇ ਆਪਣੀ ਪਰਸਨਲ ਕਪੈਸਿਟੀ 'ਚ ਬੋਲ ਰਿਹਾ, ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ ਤੇ ਮੈਂ ਉਹੀ ਸਟੇਟਮੈਂਟ ਦੇ ਸਕਦਾ ਜਿਹੜੀ ਪੂਰੀ ਹਾਊਸ ਵੱਲੋਂ ਪ੍ਰਮਾਣਿਤ ਹੋਵੇ, ਪਰ ਮੈਂ ਆਪ ਜੀ ਨੂੰ ਪਿਛਲੀਆਂ ਸਟੇਟਮੈਂਟ ਦੀ ਰੈਫਰੈਂਸ ਤੋਂ ਇੱਕ ਗੱਲ ਸਾਫ਼ ਕਹਿ ਦਿੰਦਾ ਕਿ ਅਸੀਂ ਇਸ ਗੱਲ ਨੂੰ ਰੋਕਣ ਵਾਸਤੇ, ਇਸ ਗੱਲ ਨੂੰ ਵਿਚਾਰਨ ਵਾਸਤੇ, ਅਸੀਂ ਬਰਮਿੰਗਮ ਦੇ ਵਿੱਚ ਇੱਕ ਇੰਟਰਨੈਸ਼ਨਲ ਕਾਨਫਰੰਸ ਕੀਤੀ ਸੀ ਪਿਛਲੇ ਸਾਲ, ਇਸ ਸਾਲ
ਪਿਛਲੇ ਸਾਲ ਹੀ ਡਰਬੀ ਦੇ ਵਿੱਚ ਇੱਕ ਵੱਡਾ ਅਸੀਂ ਆਪਣਾ ਜਿਹੜਾ ਇਜਲਾਸ ਕਰਕੇ ਉਹਦੇ ਵਿੱਚ ਵੀ ਅਸੀਂ ਕੀਤਾ। ਅਸੀਂ ਯੂਨਾਈਟਿਡ ਨੇਸ਼ਨ ਦੇ ਨਾਲ ਲੌਬੀ ਕਰ ਰਹੇ ਹਾਂ, ਹਾਂਜੀ ਅਮਰੀਕਾ ਦੀ ਸਰਕਾਰ, ਯੂਕੇ ਦੀ ਸਰਕਾਰ, ਸਾਰਿਆਂ ਨਾਲ ਲੌਬੀ ਕਰ ਰਹੇ ਹਾਂ। ਅਸੀਂ ਕੋਈ ਵੀ ਪਾਸਾ ਛੱਡ ਨਹੀਂ ਰਹੇ ਕਿ ਹਰ ਤਰੀਕੇ ਦੇ ਨਾਲ ਹਿਊਮਨ ਰਾਈਟ ਰੈਪਚਰਸ ਨੇ, ਜਿਹੜੇ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਹੜੇ ਟੌਰਚਰ ਦੇ ਰੈਪਚਰਸ ਨੇ, ਅਸੀਂ ਸਾਰਿਆਂ ਨਾਲ ਤਾਲੁਕਾਤ ਬਣਾਏ ਹੋਏ ਨੇ, ਹਿਊਮਨ ਰਾਈਟ ਆਰਗੇਨਾਈਜੇਸ਼ਨ ਨਾਲ ਬਣਾਏ ਨੇ। ਅਸੀਂ ਉਹਨਾਂ ਨੂੰ ਰੈਗੂਲਰ ਡ੍ਰਿਪ ਫੀਡ ਕਰ ਰਹੇ ਹਾਂ ਕਿ ਸਿੱਖਾਂ ਦੇ ਨਾਲ ਕੀ ਕੀ ਹੋ ਰਿਹਾ, ਚਾਹੇ ਉਹ ਜੱਗੀ ਜੌਲ ਦਾ ਕੇਸ ਹੋਵੇ, ਚਾਹੇ ਉਹ ਜਿਹੜੇ ਨੇ ਆਪਣਾ ਜਿਹੜੇ 3 ਨੌਜਵਾਨ ਫੜੇ ਗਏ ਸਨ ਕਿਤਾਬਾਂ ਰੱਖਣ ਦੇ, ਉਹਨਾਂ ਨੂੰ ਸਜ਼ਾਵਾਂ ਮਿਲੀਆਂ, ਚਾਹੇ ਉਹਨਾਂ ਦਾ ਕੇਸ ਹੋਵੇ, ਚਾਹੇ ਹੁਣ ਰੀਸੈਂਟ ਅਰੈਸਟ ਹੋਣ 2020 ਦੇ ਅਧੀਨ। ਅਸੀਂ ਹਰ ਜਿਹੜੀ ਇਨਫੋਰਮੇਸ਼ਨ ਹੈ ਸਿੱਖਾਂ ਦੀਆਂ ਸੰਸਥਾਵਾਂ ਕੁਛ ਇੱਕ ਆਪਸ ਵਿੱਚ ਤਾਲਮੇਲ ਕਰਕੇ ਚੱਲ ਰਹੀਆਂ ਨੇ, ਵਰਲਡ ਸਿੱਖ ਪਾਰਲੀਮੈਂਟ ਦੇ ਅਧੀਨ ਵੀ ਚੱਲ ਰਹੀਆਂ, ਵਰਲਡ ਸਿੱਖ ਪਾਰਲੀਮੈਂਟ ਤੋਂ ਬਾਹਰ ਵੀ ਚੱਲ ਰਹੀਆਂ, ਉਹਨਾਂ ਨਾਲ ਵੀ ਅਸੀਂ ਤਾਲੁਕਾਤ ਬਣਾ ਕੇ, ਜਿਹੜਾ ਬਾਰ ਬਾਰ ਬਾਹਰ ਬੈਠੇ ਸਿੱਖ ਇਹੀ ਕਰ ਸਕਦੇ ਨੇ ਬੈਸਟ ਇਸ ਵੇਲੇ ਕਿ ਉਹ ਇਹਨਾਂ ਸਰਕਾਰਾਂ ਨੂੰ, ਵੈਸਟਰਨ ਪਾਵਰਸ ਨੂੰ, ਹਿਊਮਨ ਰਾਈਟ ਆਰਗੇਨਾਈਜੇਸ਼ਨ ਨੂੰ, NGOs ਨੂੰ ਬਾਰ ਬਾਰ ਡ੍ਰਿਪ ਫੀਡ ਕਰਨ ਕਿ ਸਿੱਖਾਂ ਦੇ ਨਾਲ ਇਹ ਹੋ ਰਿਹਾ ਤੇ ਇਹ ਜਿਹੜੀ ਸਾਰੀ ਚੀਜ਼ ਹੈ ਇਹਦੀ ਕੋਸਟ ਸਾਨੂੰ ਭੁਗਤਣੀ ਪੈ ਸਕਦੀ ਹੈ। ਸੋ ਤੁਸੀਂ ਆਪਣਾ ਆਪ ਨੂੰ ਸੁਚੇਤ ਰੱਖੋ, ਸਹੀ ਜਿਹੜੇ ਕਦਮ ਨੇ ਉਹ ਸਮੇਂ ਸਿਰ ਚੱਕੋ। ਪਰ ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਆਖਿਰ ਜ਼ਿੰਮੇਵਾਰੀ ਇਹ ਹਰ ਸਿੱਖ ਦੀ ਬਣਦੀ ਹੈ, ਕੇਵਲ ਪਾਰਲੀਮੈਂਟ ਦੀ ਨਹੀਂ ਜਾਂ ਕਿਸੇ ਹੋਰ ਆਰਗੇਨਾਈਜੇਸ਼ਨ ਦੀ ਨਹੀਂ, ਜਿਹੜੀਆਂ ਰੈਫਰੈਂਡਮ ਕਰਾ ਰਹੀਆਂ ਜਾਂ ਹੋਰ ਕਿਸੇ ਤਰੀਕੇ ਨਾਲ ਇੰਡੀਆ ਦੇ ਵਿੱਚ ਸੰਘਰਸ਼ ਕਰ ਰਹੀਆਂ। ਇਹ ਜ਼ਿੰਮੇਵਾਰੀ ਹਰ ਸਿੱਖ ਦੇ ਸਮਝਣ ਦੀ ਹੈ ਕਿ ਅੱਜ ਜਿਹੜੇ 14% ਮਿਨੋਰਟੀ ਨੂੰ ਪੈ ਰਹੇ ਨੇ, ਜਿਹੜੇ ਕਿ ਕਰੋੜਾਂ ਦੀ ਤਾਦਾਦ ਵਿੱਚ ਨੇ, ਉਹਨਾਂ ਨੂੰ ਕਿੰਨਾ ਸਮਾਂ ਲੱਗੇਗਾ 2% ਦੇ ਗਲੇ ਤੋਂ ਹੱਥ ਪਾਉਣ ਲਈ। ਪਰ ਮੈਂ ਤੁਹਾਨੂੰ ਇੱਕ ਗੱਲ ਇੱਥੇ ਜ਼ਰੂਰ ਕਹਿਣਾ ਚਾਹੁੰਦਾ, ਚਾਹੇ ਮੇਰੇ ਨਾਲ ਲੋਕ ਡਿਸਐਗਰੀ ਵੀ ਕਰਨ ਇਸ ਗੱਲ ਤੇ, ਪਰ ਅੱਜ ਇੰਡੀਆ ਦੇ ਵਿੱਚ ਬਾਹਰ ਸਿੱਖ ਤਕੜਾ ਹੈ, ਇੰਡੀਆ ਦੇ ਵਿੱਚ ਪਰ ਜੋ ਸਿੱਖਾਂ ਦੀ ਪੋਜੀਸ਼ਨ ਹੈ, ਸ਼ਾਇਦ ਉਹ ਸਾਨੂੰ ਤਾਂ ਹੱਥ ਨਹੀਂ ਪਾ ਰਹੇ ਕਿਉਂਕਿ ਉਹ ਇਨਡਾਇਰੈਕਟਲੀ ਸਾਨੂੰ ਕੰਟਰੋਲ ਕਰ ਰਹੇ ਨੇ। ਸਾਡੀ SDPC ਉਹਨਾਂ ਦੇ ਅਧੀਨ ਹੈ, ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਅਧੀਨ ਹੈ। ਜੇ ਤੁਸੀਂ ਪੁੱਛਣਾ ਮੇਰੇ ਤੋਂ ਸਵਾਲ ਕਿ SDPC ਕਿਵੇਂ ਅਧੀਨ ਹੈ, ਤੇ ਇਹ ਟੌਪਿਕ ਤੇ ਆਪਾਂ ਫੇਰ ਜਿੱਦਾਂ ਅਕਾਲੀਆਂ ਫੇਰ ਆਪਾਂ ਕਿਸੇ ਟੌਪਿਕ ਤੇ ਕਰ ਸਕਦੇ ਹਾਂ, ਪਰ ਮੈਂ ਇੱਕ ਟੂਕ ਮਾਤਰ ਇੱਕ ਗੱਲ ਮੈਂਸ਼ਨ ਕਰਦਾ ਤਾਂ ਕਿ ਕਿਉਂਕਿ ਅਸੀਂ ਕੋਈ ਵੀ ਗੱਲ ਕਰਦੇ ਹਾਂ ਉਹ ਸਬੂਤ ਤੋਂ ਬਗੈਰ ਨਹੀਂ ਕਰਦੇ। ਜ਼ਰੂਰ ਜ਼ਰੂਰ ਕਰ ਸਕਦੇ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਤੁਸੀਂ ਸਿਰਫ ਤੇ ਸਿਰਫ ਇੱਕ, ਮੈਂ ਸਾਰੇ ਸਿੱਖਾਂ ਨੂੰ ਜਿੰਨੀਆਂ ਸੰਗਤਾਂ ਬੈਠੀਆਂ, ਸਿਰਫ ਉਹਨਾਂ ਨੂੰ ਇੱਕ ਗੱਲ ਕਹਾਂਗਾ ਕਿ ਤੁਸੀਂ ਜਾਓ ਗੂਗਲ ਤੇ ਔਰ ਵੇਖ ਲਓ ਕਿ ਲਾਸਟ ਇਲੈਕਸ਼ਨ ਤੁਹਾਡੀ ਕਦੋਂ ਹੋਣੀ ਚਾਹੀਦੀ ਸੀ ਤੇ ਕਿਉਂ ਬਾਦਲ ਦੀ ਬਣਾਈ ਹੋਈ ਸ਼੍ਰੋਮਣੀ ਕਮੇਟੀ ਨੂੰ ਅੱਜ ਤੱਕ ਸਟੇ ਆਰਡਰ ਮਿਲਿਆ ਹੋਇਆ, ਕੀ ਇਹ ਹਿੰਦੁਸਤਾਨ ਸਰਕਾਰ ਦੀ ਘੁਸਪੈਠ ਨਹੀਂ SDPC ਵਿੱਚ? ਸੋ ਇਹ ਗੱਲਾਂ ਸਾਰੀਆਂ ਇਹਦੇ ਤੇ ਆਪਾਂ ਵੱਖਰਾ ਡਿਬੇਟ ਜ਼ਰੂਰ ਕਰਾਂਗੇ ਤਾਂ ਕਿ ਇਹਦੇ ਆਪੋਜ਼ਿਟ ਵੀ ਬੰਦਾ ਹੋਵੇ ਜਿਹੜਾ ਜਵਾਬ ਦੇ ਸਕੇ ਵੀ ਹਾਂ ਕੀ ਆਪਾਂ। ਬਿਲਕੁਲ, ਤੁਸੀਂ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਲੈ ਸਕਦੇ ਹੋ, ਉਹਦੇ ਵਿੱਚ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਤੁਸੀਂ ਬਾਦਲ ਦੇ ਅਕਾਲੀ ਦਲ ਜਿਹੜਾ ਕੋਈ ਵੀ ਜਿਹੜਾ ਆਉਣਾ ਚਾਹੂਗਾ, ਭਾਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੋਵੇ, ਕਿਸੇ ਕੋਈ ਵੀ ਵਿਅਕਤੀ ਜਿਹੜਾ ਗੱਲ ਕਰਨੀ ਚਾਹੁੰਦਾ ਇੱਥੇ ਉਹਨੂੰ ਜ਼ਰੂਰ ਲਵਾਂਗੇ। ਮੇਰਾ ਸਵਾਲ ਇਹ ਸੀਗਾ ਕਿ ਜੇ ਹੁਣ ਜਿੱਦਾਂ ਬਹੁਤ ਸੋਸ਼ਲ ਮੀਡੀਆ 'ਤੇ ਆ ਰਿਹਾ ਜੇ ਤੁਸੀਂ ਸਿੱਖੋ ਹਥਿਆਰ ਖਰੀਦੋ, ਆਹ ਆਪਣੀ ਸਵੈ ਰੱਖਿਆ ਲਈ ਤੁਹਾਨੂੰ ਹੁਣ 84 ਅੰਗ ਜੇ ਕੋਈ ਗੱਲ ਹੋ ਗਈ, ਇੱਦਾਂ ਨਾ ਹੋਵੇ ਵੀ ਤੁਸੀਂ ਸੁੱਕੇ ਰਗੜੇ ਜਾਓ, ਤੁਹਾਨੂੰ ਹਥਿਆਰ ਵੱਧ ਤੋਂ ਵੱਧ ਰੱਖਣੇ ਚਾਹੀਦੇ, ਉਹਦੇ ਬਾਰੇ ਕੀ ਵਿਚਾਰ ਤੁਹਾਡਾ? ਦੇਖੋ ਇੱਕ ਗੱਲ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਇੱਥੇ ਮੈਂ ਆਪਣਾ ਕਮੈਂਟ ਨਹੀਂ ਦੇਣਾ, ਮੈਂ ਇੱਥੇ ਕਮੈਂਟ ਦੇਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ। ਠੀਕ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦਾ ਬਹਾਦਰ ਜੀ ਨੂੰ ਤੋਰਿਆ ਸੀਗਾ, ਮੈਂ ਦੋ ਇੱਥੇ ਚੀਜ਼ਾਂ ਕੋਟ ਕਰਨੀਆਂ ਤੇ ਉਹਨਾਂ ਨੇ ਬੰਦਾ ਸਿੰਘ ਬਹਾਦਰ ਜੀ ਨੂੰ ਕੀ ਕਿਹਾ ਸੀ ਜੀ, ਹਥਿਆਰ ਬੰਦ ਕਹਿਲੂ ਰਾਵਣਾ। ਉਹ ਕਹਿੰਦੇ ਠੀਕ ਹੈ ਤੂੰ ਚੱਲਿਆ ਇੱਟ ਦੇ ਨਾਲ ਇੱਟ ਵਜਾਣ, ਪਰ ਭੁੱਲੀ ਨਾ ਤੇਰਾ ਧੁਰਾ ਜਿਹੜਾ ਹੈ ਉਹ ਆਨੰਦਪੁਰ ਹੈ, ਕਹਿਲੂਰ ਦਾ ਮਤਲਬ ਆਨੰਦਪੁਰ, ਹਥਿਆਰ ਬੰਦ ਹੋ ਕੇ ਆਨੰਦਪੁਰ ਆਇਓ। ਦੂਜਾ, ਜਦੋਂ ਸਰਬੰਸ ਗੁਰੂ ਸਾਹਿਬ ਨੇ ਵਾਰ ਦਿੱਤਾ ਤੇ ਸਿੱਖਾਂ ਨੇ ਪੁੱਛਿਆ ਕਿ ਤੁਸੀਂ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਤੇ ਅਸੀਂ ਸਾਰੇ ਜਾਣਦੇ ਹਾਂ ਵੀ ਗੁਰੂ ਸਾਹਿਬ ਨੇ ਕਿਹਾ 4 ਮੂਏ ਤੋਂ ਕਿਆ ਹੋਊਗਾ, ਜੀਵਤ ਨਹੀਂ ਹਜ਼ਾਰ। ਪਰ ਨਾਲ ਹੀ ਨਾਲ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਸੀ ਮੇਰੇ ਦਿਮਾਗ ਚੋਂ ਤੁੱਕ ਵਿਸਰਦੀ ਹੈ, ਉਹਦੇ ਵਿੱਚ ਗੁਰੂ ਸਾਹਿਬ ਨੇ ਸਾਫ਼ ਕਿਹਾ ਸੀ ਕਿ ਮੈਨੂੰ ਇੱਕੋ ਹੀ ਇੱਛਾ ਹੈ ਕਿ ਜਿਹੜਾ ਸਿੱਖ ਜਦੋਂ ਤੁਸੀਂ ਮਿਲਣ ਆਓਗੇ, ਜਦੋਂ ਤੁਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਣ ਆਓਗੇ, ਹਥਿਆਰਬੰਦ ਹੋ ਕੇ ਆਉਣਾ। ਸਾਨੂੰ ਸਾਡਾ ਤਾਂ ਇੱਕ ਕਕਾਰ ਹੀ ਹਥਿਆਰ ਹੈ ਸਾਡੇ ਲਈ, ਪਰ ਮੈਂ ਇੱਥੇ ਇੱਕ ਗੱਲ ਕੌਂਟਰੇਰੀ ਤੇ ਇੱਕ ਗੱਲ ਕਹਿਣਾ ਚਾਹੁੰਦਾ, ਅਸੀਂ ਤੇ ਅੱਜ ਅਸੀਂ ਆਪਣੇ ਗੁਰੂ ਸਾਹਿਬ ਦੀਆਂ ਕੋਟਸ ਲੈ ਕੇ ਇਹ ਗੱਲ ਕੀਤੀ ਹੈ ਕਿ ਸਾਨੂੰ ਜਿਹੜਾ ਹਥਿਆਰਬੰਦ ਸ਼ਸਤਰ ਵਿਦਿਆ ਧਾਰਨ ਕਰਨੀ ਚਾਹੀਦੀ, ਗੁਰੂ ਸਾਹਿਬ ਦੇ 52 ਹੁਕਮਾਂ 'ਚ ਵੀ ਇਹ ਉਪਦੇਸ਼ ਹੈ, ਘੋੜਸਵਾਰੀ ਕਰੋ, ਸ਼ਸਤਰ ਵਿਦਿਆ ਹਾਸਲ ਕਰੋ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਚੁੱਕ ਕੇ ਵੇਖੋ YouTube ਤੋਂ ਵੀਡੀਓਜ਼, RSS ਦੀਆਂ ਸ਼ਾਖਾਵਾਂ, RSS ਦੇ ਕੈਂਪਸ, ਉਹਦੇ ਵਿੱਚ ਖੁੱਲੇ ਆਮ ਹਥਿਆਰ ਉਹਨਾਂ ਨੂੰ ਮਿਲ ਰਹੇ ਨੇ, ਹਥਿਆਰ ਚਲਾਉਣ ਦੀ ਟ੍ਰੇਨਿੰਗ ਮਿਲ ਰਹੀ ਹੈ। ਮੈਂ ਆਪ ਜੀ ਸਾਹਮਣੇ RRਰਾਜਾ ਦੀ ਜਿਹੜੀ ਕੋਟ, TRਰਾਜਾ ਦੀ ਕੋਟ ਕੀਤੀ, ਜਿਹੜਾ ਕਿ BJP ਦਾ MLA, ਉਹ ਕਹਿੰਦਾ ਹੈ
मैं विश्व हिंदू परिषद नूं बेनती करदा कि हर हिंदू नौजवान बच्चे नूं AK-47 चलाउण दी ट्रेनिंग दित्ती जाए। मैं नहीं कह रहा, यूट्यूब ते बयान पिया, तुसीं अज मैनूं इक गल दसो, अज जिहड़े असीं बार बार ये सानूं सवाल पुछे जांदे ने कि सिख हथियारबंद हो रहा है, कि इहनां दी निगाह नहीं पैंदी, जिहड़ा कि बच्चे बच्चे नूं जिहनूं कि सोझी नहीं कि हथियार दा यूज की है, उहनां दे हत्थां दे विच हथियार थमाए जा रहे ने, कृपाना थमाईया जा रही, तो वह कर की रहे ने, सड़कां ते खड़ के मुसलमाना नूं शरेआम मार रहे ने, कोई गऊ हत्या दे अफजाने, कोई सिर्फ ये पुछदा कि तू मुसलमान है। एक एक मैनु विक्टिम दा नाम नहीं याद आ रहा, दिल्ली दा विक्टिम, उन्हें कहा कि मैनु पुछया गया तू अपना आईडी कार्ड दिखा, वह सारे दे आईडी कार्ड चैक कर रहे सन, आधार कार्ड चैक कर रहे सन, किसी ने कहा मेरे को आधार कार्ड नहीं है, ये डर दे मारे कि जे मेरा मुसलमान ना पता लग गया तो मैनु हुणे मार देंगे। जिथे मीडिया विकसित है, जिथे ह्यूमन राइट ऑर्गेनाइजेशन विकसित ने, पर एक ही चीज विकसित नहीं हुई, वह विकसित नहीं होया हिंदुस्तान। खड़काए यूनाइटेड नेशन भी बहुत सारी गए हैं, चीजा दस नहीं रही हूं, जी गल हुई दस नहीं रही। देखो मैं ये गल बार बार इंटरनेशनल मीडिया से सानू जान दा जदों मौका मिलिया, असी ये गल बार बार चीख चीख के कही है कि अमेरिका नू, इंग्लैंड नू, इना सारे देशां नू अज अपनियां ट्रेड ट्रीटीज इंडिया दे नाल बरकरार रखण दी होड़ है। ये सिर्फ चाहुंदे ने साडे हथियार विकदे रहण, साडे हैलीकॉप्टर विकदे रहण। ए मोदी हुण किन्ने 18 करोड़ां दे हैलीकॉप्टर जिहड़ा है वो इंडिया नू, इंडिया दे नाल सौदा करके गया, जदों मोदी उतर गया सी उदों 2 बिलियन डॉलर दे फिर उन्हें पैक्ट कीता सी। ए मिलियन ते बिलियंस दियां जिहड़ियां ट्रेड डील्स ने ए आड़े आ रहीयां ने, ए गल नहीं है कि उन्हां नूं दिस नहीं रहा, पर अज इंडिया दियां ट्रेड डील्स आड़े आ रहीयां। पर मैं एक गल इहना एक गल भी वार्निंग है कि ए दिन दूर नहीं, अज जिस तरीके दे नाल इंडिया दी इकनोमिक ग्रोथ जियोपर्डाइज हो चुकी है, जिस तरीके इनफ्लेशन वध रही है, जिस तरीके दे नाल उत्थे जिहड़ा पर कैपिटा इनकम घट रही है, जिस तरीके नाल उत्थे ट्रेड तबाह हो रहा है, ए दिन दूर नहीं कि जिस दिन इंडिया कोल खुद कुछ ना रहा उदों इन्हां दे नाल ट्रेड ट्रीटीज केड़ियां काम आणगियां। सो इन तो भाव वह दिन दूर नहीं, क्योंकि रब दा इंसाफ भी हुंदा। असीं अपने गुरु साहब दे वर्ड्स ते चलदे हां, गुरु साहब ने कहा पापी के मारने को पाप महाबली है। फिर भी कोई गल जी थी रह गई हो, मैं क्वेश्चन पूछा हो, तुसी कहिंदे होणे वी जरूर इह मैं करनी आ, उह जरूर कर सकदे लास्ट दे विच। नहीं जी, बहुत बहुत तुहाडे असीं धन्नवादी आ, तुसीं इह कीता, इह मौका दित्ता, बल्कि होर चैनलां ते तां असीं सद सद के लोकी थक गए कि आंदे नहीं। खुल के गल कर सकी और इन्हां नूं दस सकीए तुसीं जो कर रहे हो ये हुण लुकिया छुपिया नहीं, तुसीं केड़ी खुड च वड़ के अपना अंजाम देना। मैं अंत ते जिन्ने भी तुहाडे स्रोते ने उन्हां सारयां नूं इक बेनती करदा कि साडे गुरु साहब ने सानूं सरबत दे भले दा सिधांत दित्ता है, ईन ना मनन दा ते स्वै रखिया दा और दीन दी रखिया दा, धर्म दी रखिया दा सानू उपदेश दित्ता है। आओ रल मिल के अपना फर्ज निभाइए, अपने गुरु साहब दे उपदेशां दे चलदे होए, कदी भी असी ढेंदी कला च नहीं जाना, चढ़दी कला च जाना, गुरु साहब आपे कृपा करनगे। ते अज जो सिखां दा किरदार, मैं एक गल जरूर कहना चाहना भी जेडे साडे मनिंदर सिंह सीगे जिन्हां ने 70 मुसलमानां नूं बचाया, मैं एक गल कहना चाहना कि ये कौम, ये मेरी गल नहीं सी, एक हिंदू साड़ी कुड़ी, एक साड़ी भैन दी ये गल सी, उन्हें अपने ट्विटर ते लिखिया कि कहिंदी किस मिट्टी दे बने ने ए कौम, किस मिट्टी दे बने ने ए लोग, जिन्हां नाल खुद एडी वड्डी हिंसा हो चुकी होवे 1984 विच, पर अज भी ये जिगरा रखदे ने कि सड़क ते आके ते मुसलमानां नूं बचा के अपने घर दे अंदर शरण दे रहे ने। शायद अज एक गल मैं जरूर कहना कि जिहड़ी ये हिंसा हुई है, हिंदुत्व दिन ब दिन हार रहा है और सिखी दिन ब दिन जित रही है,
ਅੱਜ ਸਾਡਾ ਇੱਕ ਸਿੱਖ ਵੀ ਬਹੁਤ ਹੈ ਜਿਹੜਾ ਅੱਜ 70 ਮੁਸਲਮਾਨਾਂ ਦੀ ਜਾਨ ਬਚਾ ਗਿਆ। ਜੇ ਅਸੀਂ 2 ਕਰੋੜ ਸਿੱਖ ਆਪਣਾ ਫਰਜ਼ ਨਿਭਾ ਸਕੀਏ, ਅਸੀਂ ਕਿੱਥੇ ਨੂੰ ਵੀ ਰਾਜ ਦਾ ਮੂੰਹ ਮੋੜ ਸਕਦੇ ਹਾਂ। ਠੀਕ ਹੈ ਜੀ, ਬਹੁਤ ਬਹੁਤ ਮਨਪ੍ਰੀਤ ਸਿੰਘ ਜੀ, ਧੰਨਵਾਦ, ਤੁਸੀਂ ਸਮਾਂ ਦਿੱਤਾ। ਫਿਰ ਅਸੀਂ ਕਿਸੇ ਵੱਖਰੇ ਮੁੱਦੇ ਤੇ 2020 ਤੇ ਜਾਂ ਆਪਾਂ ਕਿਸੇ ਵੱਖਰੇ ਮੁੱਦੇ ਤੇ ਜਿਹੜੇ ਨਾਲ ਹੋਰ ਗੈਸਟ ਲੈ ਕੇ ਜਿਹੜੇ ਅਪੋਜ਼ ਕਰਦੇ ਆ ਉਹਨਾਂ ਨੂੰ ਨਾਲ ਲੈ ਕੇ, ਕਿਉਂਕਿ ਗੱਲ ਕਰਨ ਦਾ ਫਿਰ ਬਹੁਤ ਵਧੀਆ ਗੱਲ ਰਹਿੰਦੀ ਹੈ ਵੀ ਉਹਨਾਂ ਦੇ ਮਨ 'ਚ ਕੀ ਆ ਤਾਂ ਅਸੀਂ ਕੀ ਕਰਦੇ ਹਾਂ, ਫਿਰ ਉਹਦਾ ਜ਼ਿਆਦਾ ਜਿਹੜੇ ਦਰਸ਼ਕ ਆ ਉਹਨਾਂ ਨੂੰ ਆਨੰਦ ਆਉਂਦਾ ਅਤੇ ਜ਼ਰੂਰ ਨਾਲੇ ਇਨਫੋਰਮੇਸ਼ਨ ਮਿਲਦੀ ਆ। ਸੋ ਧੰਨਵਾਦ ਸਮਾਂ ਦੇਣ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕ ਹੋਏ ਸਨ ਭਾਈ ਮਨਪ੍ਰੀਤ ਸਿੰਘ ਜੀ, ਸਿੱਖ ਪਾਰਲੀਮੈਂਟ ਜਿਹੜੇ ਆ ਉਹਦੇ ਜਨਰਲ ਸੈਕਟਰੀ, ਜਿਹਨਾਂ ਨੇ ਆਪਣੇ ਵਿਚਾਰ ਦਿੱਤੇ ਆ ਅਤੇ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਰੱਖੇ ਆ। ਸੋ ਮਿਲਦੇ ਆ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ੇ ਕੌਮ ਟੀ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।